सात संग जी मन बिरती एकाग्र कर लई, रसना पवित्र कर लई, सब काज के आखो तन श्री सतगुरु जगजीत सिंह जी। ਜਿਹੜੇ ਇਹ ਗੱਲਾਂ ਸੁਣਦੇ ਨੇ ਨਾ ਉਹਨਾਂ ਦੇ ਮਨ 'ਚ ਕਿੰਨੇ ਉਤਾਰ ਚੜਾਅ ਆਉਂਦੇ ਨੇ, ਜਿਹੜੇ ਉਸ ਗੱਲ ਦੇ ਵਿੱਚ ਜੀ ਗੁਜ਼ਰਦੇ ਹੋਣ ਰੋਜ਼, ਉਹ ਉਹਨਾਂ ਨੂੰ ਤਾਂ ਉਹੀ ਜਾਣਦੇ ਨੇ। ਮੈਂ ਤੁਸੀਂ ਆਉਂਦਾ ਮੈਨੂੰ ਤਾਂ ਨਾ ਬੜਾ ਤਰਸ ਆਉਂਦਾ ਵੀ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ। ਨਫ਼ਰਤ ਨਹੀਂ ਕਰਦੇ ਤਾਂ ਉਹ ਪਾਦਰੇ ਜੋ ਉਹ ਠੀਕ ਹੋ। ਸੋਹਣ ਸਿੰਘ ਰਾਜ ਵਾਲੇ ਬਾਰੇ ਮੈਨੂੰ ਕਿਸੇ ਨੇ ਦੱਸਿਆ ਵੀ ਉਹਨੂੰ ਆਉਂਦੇ ਨੇ ਸੋਹਣ, ਮੈਂ ਬੜਾ ਦੁਖੀ ਹਾਂ। मेरी गल का भी मान आ गया। मैं गल की गल मैं नहीं होती है उन्होंने भी सुन मेरे जीडिया गलां सुरू प्रताप सिंह हुए सन ਅਤੇ ਟਗੋਰਾਂ ਨੇ ਕਤਲ ਕਰਾ ਦਿੱਤੇ, ਟਗੋਰਾਂ ਨੇ ਜ਼ਮੀਨ ਖੋਹ ਲਈ, ਟਗੋਰ ਆਹ ਗੱਲ ਕਰਦੇ ਨੇ। ਅਤੇ ਪਹਿਲੇ ਸ਼ਹਿਰ ਦੇਖ ਕੇ ਤਾਰ ਵੀ ਹੋਇਆ ਹੈ, ਹੋਇਆ ਚੱਕਰਵਰਤੀ ਆਪਣੇ ਆਪ ਸੱਚਾ ਇਹ ਗੱਲ ਸੁਣਾਉਂਦਾ, ਮੈਨੂੰ ਮੇਰਾ ਗੁਰੂ ਘਰ ਦੱਸੇ ਸੁਣਾ ਜਿਹਾ ਜਾ ਰਿਹਾ। ਅਤੇ ਹੋਰ ਚੱਕਰਵਰਤੀ ਦੇ ਜਿਹੜਾ ਉਹ ਲਿਖਿਆ ਸੀ ਮਾਲਵਿੰਦਰ, ਉਹਦੇ ਬਾਰੇ ਸੰਗਾਂ ਦੇ ਉਦੇਸ਼ ਵੀ ਦੇਖਣਾ ਸੁਣ ਚੁੱਕੇ। ਮਾਲਵਿੰਦਰ ਸ਼ਬਦ ਜਿਹੜਾ ਇਹ ਕਿਸੇ ਰਾਜਿਆਂ ਨੂੰ ਜਿਹੜੇ ਪਟਿਆਲੇ ਵਾਲੇ ਜਾਂ ਜਿਹਨਾਂ ਨੂੰ ਕਿਹਨੇ ਖਿਤਾਬ ਦਿੱਤਾ, ਉਹਨਾਂ ਦੇ ਅੰਗਰੇਜ਼ ਜਿਹੜੇ ਕਹਿੰਦੇ ਸਨ ਉਹ ਖਿਤਾਬ ਦੇਣਾ ਗੁਰੂ ਰਾਮ ਸਿੰਘ ਨੂੰ, ਉਹ ਗੱਲ ਆਖਣੀ ਜੋ ਮਰਨ ਵਾਲੀ ਗੱਲ ਸੀ। ਵੈਸੇ ਉਹ ਦੇਸ਼ ਸਰਕਾਰ ਜਿਹਨੂੰ ਵਜੀ ਸੁਣੀ ਜਾਇਆ ਸੀ, ਉਸ ਮਾਲਵਿੰਦਰ ਦੇ ਹਵਾਲੇ ਸਤਯੁਗ ਦੇ ਵਿੱਚ ਸਤਯੁਗ ਦੇ ਸੰਤਾਂ ਵਾਲਾ ਸ਼ਬਦ, ਅਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਜਿਹੜੇ ਪੜ੍ਹਨ ਵਾਲੇ ਨੇ ਉਹ ਪਤਾ ਨਹੀਂ ਕੀ ਪੜ੍ਹਦੇ। ਸਤਯੁਗ ਜਿਸ ਤਰ੍ਹਾਂ ਇਹਨਾਂ ਜਾਪਦਾ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਵੀ ਉਹਦੇ 'ਚ ਜੋ ਮਰਜ਼ੀ ਨਿਕਲਿਆ, ਉਹ ਬੇਅਦਬੀ ਨਹੀਂ। ਸਤਿਗੁਰੂ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਬਿਤਾਇਆ ਜਾਂਦਾ, ਉਹ ਤੁਹਾਨੂੰ ਦਰਸ਼ਨ ਸਿੰਘ ਨੇ ਜਿਹੜਾ ਸੰਕੇਤ ਵੀ ਕੀਤਾ ਸੀ ਉਹ ਵੀ ਇਸ ਤਰ੍ਹਾਂ ਕਦੋਂ ਝੂਠਾ ਨਾਂ ਲਾਇਆ ਗਿਆ, ਮਹਿੰਗਾ ਬੰਦੇ ਆਏ ਹੋਏ ਇਸ ਤਰ੍ਹਾਂ ਕਰ। ਮੈਂ ਉਹਨੂੰ ਆਖਿਆ ਤੁਸੀਂ ਇਹ ਆਖੋ ਵੀ ਇਹਨੇ ਬੰਦਿਆਂ ਨੇ ਮਾਰਿਆ, ਉਹ ਕਰਨ ਕੀ ਆਇਆ ਸੀ, ਤੁਸੀਂ ਕਰਨ ਦਾ ਠੀਕ ਤਰੀਕਾ ਵੀ ਉਹ ਕਰਨ ਦਾ, ਇਹ ਆਉਂਦੇ ਨਹੀਂ ਵੀ ਉਹਨਾਂ ਨੇ ਮਾਰਿਆ, ਮੈਨੂੰ ਕਰਨ ਕੀ ਆਇਆ ਤੁਹਾਨੂੰ। ਤੁਹਾਡੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਇਹਨਾਂ ਦੀ ਬਹੁਤਾ ਪੈਣ ਦੀ ਬਹੁਤਾ ਪਸੰਦ ਦੀ ਲੋੜ ਨਹੀਂ, ਕਿਸੇ 'ਤੇ ਈਰਖਾ ਕਿਸੇ 'ਤੇ ਨਫ਼ਰਤ ਨਹੀਂ ਕਰਨੀ, ਲੋਕਾਂ ਨੂੰ ਆਉਂਦੇ ਅਤੇ ਸਾਨੂੰ ਨਹੀਂ ਕਰਨੀ ਚਾਹੀਦੀ। ਤੁਹਾਨੂੰ ਕਿਰਪਾ ਕਰੇ ਮੇਰੇ ਵਾਸਤੇ ਉਦਾਸ ਨਾ ਹੋਵੇ, ਅਤੇ ਇਹ ਜ਼ਰੂਰ ਹੈ ਵੀ ਇਹੋ ਜਿਹੇ ਵਿਅਕਤੀ ਦੇ ਜਿਹੜਾ ਇੱਥੇ ਪਹੁੰਚ ਕੇ ਇਸ ਤਰ੍ਹਾਂ ਦੀ ਗੱਲ ਕਰੇ ਉਹਦੇ 'ਤੇ ਤਰਸ ਜ਼ਰੂਰ ਆਉਂਦਾ, ਇਸ 'ਤੇ ਪਾ ਕਿਰਪਾ ਕਰੋ ਅਤੇ ਉਹਨਾਂ ਦਾ ਮਨ ਠੀਕ ਹੋਵੇ ਅਤੇ ਉਹਨਾਂ ਦਾ ਦੁੱਖ ਹੈ ਜਿਹੜਾ ਦੁੱਖ ਹੈ। ਆਖਿਆ ਵੀ ਮੈਂ ਗੱਲ ਕਰਨੀ ਸੀ ਬਾਕੀ ਮੈਨੂੰ ਆਖਿਆ, ਮੈਂ ਉਹਨੇ ਆਖਿਆ ਗੱਲ ਕੋਈ ਠੀਕ ਕਰਿਓ ਗਲਤ ਕਰਨਾ ਕਰੇ, ਮੇਰੇ ਕੋਲ ਰੋ ਕੇ ਉਹਨਾਂ ਨੇ ਆਖਿਆ ਵੀ ਮੇਰੀ ਇਹ ਅਵਸਥਾ ਹੋ ਜਾਵੇ ਕਿ ਉਹਨਾਂ ਦੁੱਖ ਮੈਂ ਦੁੱਖ ਨਹੀਂ, ਦੁੱਖ ਉਹਨਾਂ ਹੈਗਾ ਸ਼ਾਮ ਨੇ ਗੱਲ ਆਖੀ ਜਿਵੇਂ ਕਿਰਪਾ ਕਰਨਾ ਦਾਸ ਲੈ ਲਓ ਕਿ ਕਿਸੇ ਮਾੜਾ ਪੈਂਦੀ ਕਿ ਭੂਆ ਵੀ ਫੇਰ ਕੇ ਵੀ ਉਹਨਾਂ ਦੀ ਜਿਹੜੀ ਮਨ ਦੀ ਅਵਸਥਾ ਉਹ ਠੀਕ ਹੋਵੇ, ਉਹਨਾਂ ਦਾ ਦੁੱਖ ਹੈ ਉਹ ਵਿਅਰਥ ਹੋ ਜਾਵੇ, ਹੋਰ ਆਖਣ ਦੀ ਜਾਣ ਦੀ ਕੋਈ ਲੋੜ ਨਹੀਂ। ਆਖਣ ਜਿਹੜਾ ਜਿਹੜਾ ਆਦਮੀ ਇੱਥੇ ਪਹੁੰਚਿਆ ਹੁੰਦਾ ਉਹਨੂੰ ਉਹ ਤਾਂ ਸਭ ਕਿਰਪਾ ਕਰੇ, ਨਾਲ ਪੰਡਿਤ ਜੀ ਨੇ ਦੱਸਿਆ ਸੀ ਨਾ ਵੀ ਰੁਪੀ ਨਾਲ ਉਹਦੀ ਨਵਾਇਆ ਜਾ ਸਕਦਾ ਅਤੇ ਦੇਰ ਨੂੰ ਨਹੀਂ ਨਵਾਇਆ ਜਾ ਸਕਦਾ, ਉਹ ਸਭੂ ਕਿਰਪਾ ਕਰੇ ਤਾਂ ਸਾਰਾ ਕੁਛ ਹੋ ਜਾਵੇ, ਸਾਰੇ ਕਿੰਨੂ ਮਾੜਾ ਬਜਤੀ ਕਿਸੇ ਕੋਲ ਫੇਰ ਕੇ ਅਰਦਾਸ ਕਰੇ ਉਹ ਸਭੂ ਪ੍ਰਤਾਪ ਸਿੰਘ ਪਾਤਸ਼ਾਹ ਬਣਾ ਕੇ ਇਹ ਗੱਲ ਨਾਲ। ਚੱਕਰਵਰਤੀ ਨੇ ਇੱਕ ਪ੍ਰਦੇਸ਼ੀ ਪਿਤਾ ਨੂੰ ਸਾਦਾ ਕੱਢਿਆ ਸੀ, ਪ੍ਰਦੇਸ਼ੀ ਪਿਤਾ ਮਤਲਬ ਸਭੂ ਰਾਮ, ਉਹ ਸਾਡਾ ਨਹੀਂ ਕੱਢਿਆ ਸਬੂਰਾਂ ਨੂੰ, ਸਬੂਰ ਪ੍ਰਤਾਪ ਸਿੰਘ ਛੋਟਾ ਕਰਨ ਵਾਸਤੇ ਉਹ ਸਾਰੀ ਗੱਲ ਕੀਤੀ ਮੌਜੂਦਾ ਸਬੂ। ਜਿਹੜੀ ਮੱਥਾ ਰੇਟ ਉਹਦੀ ਗੱਲ ਹੈ ਇਹ ਤਾਂ ਇਹਦੇ 'ਤੇ ਸਾਡੀ ਤਾਂ ਕੋਸ਼ਿਸ਼ ਹੀ ਹੈ, ਮੈਨੂੰ ਆਪ ਉਹਨਾਂ ਨੇ ਇਹ ਗੱਲ ਆਖੀ ਵੀ ਮੇਰੇ ਨਾਲ ਇਹ ਲੱਗਦੀ ਗੱਲ ਵੀ ਮੈਨੂੰ ਮੱਥਾ ਟੇਕਦਾ, ਮੈਂ ਹੀ ਆਉਂਦੇ ਚੱਕੇ ਇਹ ਉਹਨਾਂ ਨੇ ਆਪਣਾ ਆਖਣਾ ਵੀ ਨਹੀਂ ਬਣਦਾ, ਉਹਨਾਂ ਨੇ ਮੈਨੂੰ ਆਪ ਇਹ ਗੱਲ ਆਖ ਕੇ ਮੇਰੇ ਕੋਲ ਗੱਲ ਕਰੀ ਮੈਨੂੰ ਮੱਥਾ ਟੇਕਦਾ, ਮੈਂ ਵੀ ਇਸ ਤਰ੍ਹਾਂ ਦੇ ਜਾਗੇ ਮੇਰੀ ਲਾਈਨਾਂ ਲੱਗ ਕੇ ਮੱਥਾ ਟੇਕਦਾ ਜੀ ਤੁਹਾਡੇ ਬੋਲਦੇ ਹੈ, ਐਵੇਂ ਮੈਨੂੰ ਸਬੂ ਪ੍ਰਤਾਪ ਸਿੰਘ ਵਾਲੇ ਵੀ ਇਸੇ ਮੱਥਾ ਟੇਕਦੇ ਸਨ, ਮੈਂ ਤੁਹਾਨੂੰ ਪਤਾ ਜਿਹੜੇ ਪੁਰਾਣੇ ਉਹਦੇ ਦਫ਼ਰਾਂ ਵੇਲੇ ਤਾਂ ਮੈਨੂੰ ਵੀ ਮੱਥਾ ਕਿਸੇ ਟੇਕਦੇ ਸਨ, ਪਰ ਉਹ ਜਿਸ ਤਰ੍ਹਾਂ ਮਨ ਦੀ ਅਵਸਥਾ ਉਹਦੇ ਮੁਤਾਬਕ ਗੱਲ ਆਦਮੀ ਕਰਦਾ, ਉਹਦੇ ਨਾਲ ਕੋਈ ਗੱਲ ਹੈ ਵੀ ਭਜਨ ਕਰਦੇ ਬਾਣੀ ਪੜ੍ਹ ਕੇ ਅਰਦਾਸ ਕਰੋ ਸੱਚ ਭਾਈ ਕਿਰਪਾ ਕਰ ਅਤੇ ਉਹਨਾਂ ਦੇ ਮਨ ਦੀ ਅਵਸਥਾ ਠੀਕ ਹੋਵੇ, ਉਹਨਾਂ ਨੂੰ ਸੁੱਖ ਪ੍ਰਾਪਤ ਹੋਵੇ, ਦੁੱਖ ਨਾ ਹੋਵੇ।
ਇਸ ਥਾਂ ਆ ਕੇ ਦੁੱਖ ਹੋਣਾ ਕਿਹੜੇ ਥਾਂ ਦੀ ਸੁੱਖ ਪ੍ਰਾਪਤ ਹੋਣਾ ਹੈ ਉਹਨਾਂ ਦਾ ਬੜਾ ਅੱਗੇ ਸਤਿਕਾਰ ਵੀ ਕਰਦਾ ਆਸਰ ਉਹਨਾਂ ਨੇ ਵਿਚਾਰ ਦਿੱਤਾ ਫਿਰ ਉਹਨੇ ਹੋਰ ਕਈ ਗੱਲਾਂ ਜਿਹੜੀ ਮੈਂ ਦੱਸਣੀ ਚਾਹੁੰਦਾ ਅਤੇ ਇਹ ਬੜੇ ਚਿਰ ਤੋਂ ਇਹ ਚੱਲਦੀ ਗੱਲ ਰੰਧਾਵਾ ਜੀ ਬੈਠੇ ਨੇ ਇਹਨਾਂ ਨੇ ਸ਼ਾਇਦ ਦੱਸਿਆ ਹੋਵੇ ਇਹਨਾਂ ਨੇ ਮੈਨੂੰ ਆਖਿਆ ਵੀ ਮਹਾਰਾਜ ਜੀ ਚਾਹੁੰਦਾ ਕੀ ਕਰਨਾ ਮੈਂ ਪੂਰਾ ਸਤਿਕਾਰ ਦਿੱਤਾ ਅਤੇ ਇਹਦੇ ਨਾਲ ਜੋ ਸੈਕਟਰੀ ਹੋਏ ਉਹਨਾਂ ਨੂੰ ਪ੍ਰਧਾਨ ਨੇ ਜਗਤ ਸਿੰਘ ਜਾਣਾ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਪੂਰਾ ਸਤਿਕਾਰ ਦਿੱਤਾ ਫਿਰ ਜਦੋਂ ਮਹਾਰਾਜ ਜੀ ਵਿਲਾਇਤ ਪਹੁੰਚ ਗਏ ਨੇ ਮੈਨੂੰ ਰੇਸ਼ਮ ਸਿੰਘ ਦਾ ਕੈਨੇਡਾ ਤੋਂ ਸਾਰੇ ਸੂਬੇ ਦਾ ਟੈਲੀਫੋਨ ਆਇਆ ਗੁਲਜ਼ਾਰ ਦਾ ਮੈਨੂੰ ਟੈਲੀਫੋਨ ਆਇਆ ਵੀ ਜਦੋਂ ਮਹਾਰਾਜ ਜੀ ਨੇ ਆਉਣਾ ਨਾ ਉੱਥੇ ਇਹ ਆਪਣੀ ਆਪਣੀ ਸ਼ਰਧਾ ਬਚਾਓ ਕੋਈ ਆਸਰ ਚਾਹੁੰਦਾ ਕੋਈ ਨਹੀਂ ਆਉਂਦਾ ਕੋਈ ਅਸਲਾ ਪਾ ਜਾਂਦਾ ਇੱਕ ਪੱਕੀ ਗੱਲ ਹੈ ਵੀ ਅਸੀਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਨਹੀਂ ਕਰਦੇ ਅਤੇ ਫਿਰ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਮੈਨੂੰ ਗੁਲਜ਼ਾਰ ਦਾ ਟੈਲੀਫੋਨ ਆਇਆ ਕਿ ਜਦੋਂ ਮਹਾਰਾਜ ਜੀ ਨੇ ਆਉਣਾ ਨਾ ਤਾਂ ਉਦੋਂ ਸਗਲਾਂ ਦਾ ਆਸਣ ਚੁੱਕ ਆਸਣ ਨਹੀਂ ਵਿਛਣਾ ਉੱਥੇ ਮੈਨੂੰ ਉਹਨੇ ਪੁੱਛਿਆ ਮੈਂ ਜਦੋਂ ਮਹਾਰਾਜ ਆਪ ਆਖਦੇ ਨੇ ਚੁੱਕ ਲਈ ਕਰ ਮਹਾਰਾਜ ਜੀ ਉੱਥੇ ਗਏ ਮਹਾਰਾਜ ਜੀ ਨੇ ਆਪ ਆਖਿਆ ਉਹਨੇ ਬਚਨ ਮੰਨਿਆ ਉਹਨੇ ਚੁੱਕ ਲਿਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਿਰਫ ਤੁਹਾਡੀ ਜਾਣਕਾਰੀ ਵੱਲ ਦੱਸਦਾ ਕੋਈ ਮੈਂ ਤੁਹਾਡੇ ਕੋਲ ਸ਼ਿਕਾਇਤ ਨਹੀਂ ਕਰ ਰਿਹਾ ਵੀ ਇਸ ਵਾਸਤੇ ਨਹੀਂ ਕਰ ਰਿਹਾ ਵੀ ਮੈਨੂੰ ਸਬਰ ਨਹੀਂ ਕਿਰਪਾ ਮੈਨੂੰ ਬੜੀ ਠੰਡ ਹੈ ਮੈਨੂੰ ਕੋਈ ਤਕਲੀਫ ਨਹੀਂ ਕਰਦਾ ਇਹ ਗੱਲ ਇਤਿਹਾਸ ਵਿੱਚ ਲਿਖੀ ਹੈ ਕਿ ਗੁਰੂ ਹਰ ਰਾਏ ਜਦੋਂ ਇਹ ਰਾਮ ਰਾਏ ਜੀ ਤੋਂ ਦਿੱਲੀਓਂ ਆਏ ਨਾ ਤਾਂ ਉਹਨਾਂ ਨੇ ਆਖਿਆ ਵੀ ਤੂੰ ਬੇਮੁਖ ਤੇਰੇ ਬੱਤੇ ਨਹੀਂ ਲੱਗਣਾ ਜਿਹਦੇ ਨੂੰ ਤੇਰਾ ਮੂੰਹ ਚਲਾ ਜਾ ਤੂੰ ਬਾਣੀ ਵੀ ਤਾਈ ਤੈਨੂੰ ਉਹਨਾਂ ਦਾ ਮੂੰਹ ਦੱਸ ਦੇਣ ਲਾਹੌਰ ਵਾਲ ਉੱਥੇ ਜਾ ਕੇ ਜਿਸਨਾਂ ਲੈ ਗਿਆ ਉਹ ਲਾਹੌਰ ਵਾਲ ਨੂੰ ਚਲੇ ਗਏ ਸਹੁਰਾ ਨੇ ਉੱਥੇ ਹੁਕਮਨਾਮ ਭੇਜ ਦਿੱਤਾ ਵੀ ਇਹਨੂੰ ਕੋਈ ਰੁਪਈਆ ਪਥਾ ਨਾ ਦੇਖੀ ਅਤੇ ਉਹ ਵੀ ਸਿੱਖ ਹੀ ਨੇ ਉਹਨਾਂ ਆਖਿਆ ਸਾਨੂੰ ਰੁਪਈਆ ਹੀ ਨਹੀਂ ਦੇਖਣ ਦਾ ਗੋਰਾ ਦੇਖੋ ਮੇਰਾ ਮਤਲਬ ਇਹ ਗੱਲ ਚੱਲਦੀ ਸੀ ਇਹਨੂੰ ਜੇ ਤਾਂ ਬੜਾ ਸਧਾਰਨ ਰੂਪ 'ਚ ਲੈ ਲਈ ਤਾਂ ਅੱਗੇ ਔਖਾ ਨਹੀਂ ਹੁੰਦਾ ਤੈਨੂੰ ਜਾਣਕਾਰੀ ਜ਼ਰੂਰ ਚਾਹੀਦੀ ਤਾਂ ਕਿ ਇਹ ਗੱਲ ਇੱਕ ਵੀ ਇਸ ਤਰ੍ਹਾਂ ਨਹੀਂ ਹੁੰਦੀ ਇਹਨਾਂ ਨੂੰ ਸਾਨੂੰ ਬਥੇਰੇ ਮਿਲ ਜਾਵੇ ਇਸ ਤਰ੍ਹਾਂ ਨਹੀਂ ਉਹਨੂੰ ਗੱਲ ਕਰ ਸਕਦੇ ਗੱਲ ਲੱਗਦੀ ਕਿਸੇ ਪਾਸ ਸੋ ਠੀਕ ਇੱਕ ਮਾੜਾ ਭਜਨ ਜੀ ਇੱਕ ਦੁੱਖ ਵਰਤੀ ਦੀ ਇਹ ਫਿਰ ਕੇ ਸਰੂਪ ਪ੍ਰਦਾਨ ਕਰਨਾ ਇਲਾਮ ਪੈ ਕਰੋ ਕਿਰਪਾ ਹੋਵੇ ਅਤੇ ਉਹਨਾਂ ਦੇ ਮਨ ਨੂੰ ਸੁੱਖ ਮਿਲੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਤਕਲੀਫ ਜਿਹੜੀ ਉਹ ਵਰਤੇ ਨਾ ਜਾਣ ਦੀ ਲੋੜ ਕੋਈ ਨਹੀਂ ਅਤੇ ਮਹਾਰਾਜ ਜੀ ਜਿੱਥੇ ਜਾਣ ਉਹਨੂੰ ਮਰਜ਼ੀ ਕਰੀ ਵੀ ਸ੍ਰੀ ਭਾਈ ਸਾਹਿਬ ਮੈਂ ਇੰਨਾ ਹੀ ਆਖਣਾ ਜਿਹਨਾਂ ਦਾ ਰਵਾਜ਼ ਦਿੱਤਾ ਤੁਸੀਂ ਬਾਣੀ ਚੰਗੀ ਤਰ੍ਹਾਂ ਪੜ੍ਹਦੇ ਹੋ ਅਕਸਰ ਤੀਰਥ ਦਾ ਸਾਧ ਬਣਦਾ ਹੈ ਪਰ ਤੀਰਥ ਜੇ ਇਹਦੇ ਸਾਧਨ ਦੇ ਪੈਰ ਨੂੰ ਵੇਖਿਆ ਜਾਵੇ ਫਿਰ ਤਾਂ ਤੀਰਥ ਹੈ ਜੇ ਉਸ ਪਾਣੀ ਨੂੰ ਵੇਖਿਆ ਜਾਵੇ ਤਾਂ ਉੱਥੇ ਵੇਖਿਆ ਚੱਪੜ ਨਾਤਾ ਕਿਆ ਹੋਇਆ ਤੀਰਥ ਨਾਤਾ ਕਿਆ ਹੋਇਆ ਚੱਪੜ ਨਾਤਾ ਸਰਵੀ ਮਨ ਲਾਏ ਜੇ ਪੂਰਾ ਸਰਵੀ ਜੋ ਆਸਨ ਹੈ ਨਾਮ ਲੈ ਨੂੰ ਉਹ ਪੂਰੀ ਤਰ੍ਹਾਂ ਯਾਦ ਨਹੀਂ ਵੇਖਦੇ ਅਤੇ ਸਾਡੀ ਪਹੁੰਚ ਸਗੁਰੂ ਮੂਰਤ ਬਾਬਾ ਲਿਆ ਤਸਵੀਰ ਲੱਗੀ ਇਹਨਾਂ ਨੇ ਅਤੇ ਸਗੁਰੂ ਦੇ ਸਰੀਰ ਦੀ ਮੂਰਤੀ ਆ ਉਹਦੇ ਉਹਦੇ ਬਾਰੇ ਦੂਸਰਾ ਇੱਕ ਗੱਲ ਮੈਨੂੰ ਯਾਦ ਨਹੀਂ ਆ ਰਹੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨਾਂ ਨੇ ਆਖਿਆ ਕਿ ਜਿਹੜਾ ਕੋਠੀ ਹੈ ਨਾ ਜੀਵਨ ਨਗਰ ਉਹਦੇ ਵਿੱਚ ਥੜਾ ਬਣਾਉਣ ਦਿਓ ਮੈਂ ਕਿਹਾ ਜੀ ਇਹ ਨਹੀਂ ਬਣਾਉਣਾ ਫਿਰ ਜੀ ਨੇ ਮੈਨੂੰ ਪੁੱਛਿਆ ਮੈਂ ਕਿਹਾ ਫਿਰ ਜੀ ਨੇ ਵੀ ਇਹਨਾਂ ਨੂੰ ਰੋਕਿਆ ਸੀ ਉਸ ਤੋਂ ਦੋ ਦਿਨ ਬਹੁਤ ਗੱਲਾਂ ਚੱਲਦੀਆਂ ਮੈਂ ਤਾਂ ਬਿਲਕੁਲ ਹੀ ਗੱਲ ਤੇਰੇ ਵੀ ਆਈ ਸੀ ਮੈਂ ਕਿਹਾ ਇਹ ਨਾ ਹੋਵੇ ਕਿਸੇ ਪਤਾ ਹੀ ਨਾ ਹੋਵੇ ਇਸ ਗੱਲ ਦਾ ਜੇ ਪਤਾ ਪੁੱਛਦੇ ਮਾਰੇ ਲੱਗਿਆ ਅਤੇ ਫਿਰ ਇਸ ਲੋਕ ਨੂੰ ਨਾ ਮਾਰਤਾ ਤੂੰ ਮੈਨੂੰ ਬਣਾਉਣ ਨਹੀਂ ਦਿੱਤਾ ਉੱਥੇ ਜਿਹੜਾ ਫਿਰ ਕੁਛ ਦੇਰ ਕਰਦੇ ਵੱਡੇ ਨੇ ਸਾਡੀ ਗੱਲ ਸਾਡੀ ਠੰਡੀ ਕੀਤੀ ਵੀ ਗੱਲ ਵਿੱਚ ਵਿੱਚ ਥੋੜ੍ਹਾ ਜਿਹਾ ਬਣਾਇਆ ਆਪਸ ਵਿੱਚ ਅਤੇ ਮੈਨੂੰ ਵੱਖਰਾ ਲੱਗਦਾ ਉਹਨਾਂ ਨੇ ਵੀ ਥੜਾ ਤੂੰ ਬਣਾ ਲਉ ਮੈਂ ਕਿਹਾ ਮੇਰਾ ਮਨ ਨਹੀਂ ਮੰਨਦਾ ਮੇਰੇ ਮਨ 'ਤੇ ਕਿਰਪਾ ਕਰੋ ਮੰਨ ਜਾਏ ਕਿਰਪਾ ਕਰਨਾ ਮੈਂ ਇਹ ਕਰਨਾ ਸੋ ਮੈਂ ਫਿਰ ਉਹਨੂੰ ਆਖਿਆ ਵੀ ਦੇਖੋ ਪ੍ਰਭੂ ਹਰੀ ਸਿੰਘ ਸੱਚੀ ਪਾਤਸ਼ਾਹ ਦੀ ਜਗ੍ਹਾ ਸਾਡਾ ਅਜੇ ਬਾਅਦ ਮੰਨ ਕਰਨ ਵਾਲਾ ਥਾਂ ਮੇਰੇ ਸਾਡਾ ਨਹੀਂ ਬਣਿਆ ਪਰ ਫਿਰ ਸਗੁਰੂ ਪ੍ਰਤਾਪ ਸਿੰਘ ਸੱਚੀ ਪਾਤਸ਼ਾਹ ਮੰਜਾ ਲਾ ਕੇ ਬਰਾ ਗਏ ਜੇ ਹੁਣ ਇਹ ਗੱਲ ਆਖੀ ਜਾਵੇ ਸਗੁਰੂ ਹਰੀ ਸਿੰਘ ਤੋਂ ਬਾਅਦ ਵੀ ਤੁਸੀਂ ਗੁਰੂ ਹਰੀ ਸਿੰਘ ਫਿਰ ਵੀ ਕਰਦੇ ਆਪਣੇ ਮਨ ਵਾਲੀ ਕਰੀ ਉਸ ਗੱਲ ਕਰੀ ਸੋ ਫਿਰ ਅੱਗੇ ਕਾਫ਼ੀ ਉਹਨਾਂ ਨੇ ਜ਼ੋਰ ਲਾਇਆ ਜਿਹੜੀ ਉਹਨਾਂ ਨੇ ਵਿਰਾਸਤ ਦੀ ਗੱਲ ਲਿਖੀ ਹੈ ਵਿਰਾਸਤ ਦੀ ਗੱਲ ਕੀ ਪਤਾ ਹੈ ਉਹਨਾਂ ਨੇ ਲੁਕਾ ਕੇ ਲਿਖੀ ਹੈ ਵੀ ਉਹਦੇ 'ਚ ਇਹ ਨਾਮ ਨੇ ਉਹਨੂੰ ਮੈਨੂੰ ਸਿੱਖੀ ਮਿਲ ਜਾਏ ਮੈਂ ਕਿਉਂ ਇਹ ਗੱਲ ਆਖਾਂ ਕੋਈ ਗਲਤ ਗੱਲ ਮੈਂ ਕਿਰਪਾ ਕਰਨਾ ਕਦੇ ਵੀ ਮਾੜੀ ਗੱਲ ਨਹੀਂ ਸੋਚਣੀ ਚਾਹੀਦੀ ਜਿਹੜਾ ਜੇ ਬਾਕੀ ਜੋ ਵੀ ਸਾਡੇ ਨਾਲ ਹੋ ਰਿਹਾ ਨਾ ਇਹ ਜੋ ਤੁਮ ਕਰੋ ਉਹੀ ਬਲ ਆਉਂਦਾ
ਸਾਡੇ ਫਾਇਦੇ ਵਾਸਤੇ ਹੁੰਦਾ। ਸੋ ਸਾਧ ਨੇ ਬਹੁਤ ਕਿਰਪਾ ਕੀਤੀ ਹੈ ਕਿ ਦੌੜਾਂ ਦੇ ਥਾਂ 'ਤੇ ਆਉਣ ਵਾਸਤੇ ਇੱਕ ਇੱਕ ਕਦਮ ਦਾ ਇੱਕ ਇੱਕ ਜਾਗੇ ਦਾ ਫਲ ਲਿਖਿਆ ਕਿ ਕਿੰਨੇ ਦੂਰ ਤੁਸੀਂ ਆਇਆ ਸਾਰੇ ਇੰਨੇ ਦਿਨ ਜਿੰਦਾ ਸਾਰੇ ਆਪਣੇ ਵਿਹਾਰਾਂ ਵਾਲੇ ਤੁਹਾਨੂੰ ਬਤਾਇਆ ਨਹੀਂ। ਮੇਰਾ ਜੀ ਕਰਦਾ ਵੀ ਹੁਣ ਤੁਸੀਂ ਜਿੱਥੇ ਜਾਓ ਇੱਥੇ ਇਹ ਕੋਸ਼ਿਸ਼ ਕਰੋ ਵੀ ਜਿਹੜੇ ਤੁਹਾਡੇ ਸੰਪਰਕ 'ਚ ਆਉਣ ਜਾਂ ਜਦੋਂ ਤੁਸੀਂ ਜਵਾਨ ਲਾਓ ਜਾਂ ਗੱਲਬਾਤ ਕਰੋ ਕਿਸੇ ਨਾਲ ਉਹਨੂੰ ਸਿੱਖੀ ਦੀ ਗੱਲ ਕਰੋ। ਹੁਣ ਆਖੋ ਵੀ ਤੂੰ ਇਹ ਕੋਸ਼ਿਸ਼ ਕਰ ਤੂੰ ਆਪਣੀ ਰਸਨਾ ਜਿਹੜਾ ਹਰ ਵੇਲੇ ਤੇਰੀ ਰਸਨਾ ਭਜਨ ਕਰਦੀ ਹੋਵੇ। ਵੀਰ ਸਾਹਿਬ ਰਾਜੇ ਵਾਸਤੇ ਬੜੀ ਰਸਨਾ ਚੱਲਦੀ ਹੈ, ਕਦਰ ਕਦਰ ਚੱਲਦੀ ਹੈ। ਕੋਸ਼ਿਸ਼ ਕਰ ਕੋਸ਼ਿਸ਼ ਕਰਦਿਆਂ ਕਰਦਿਆਂ ਹੁਣ ਕਵੀ ਜੀ ਵਾਸਤੇ ਮਨ ਕੋਈ ਆਖਣ, ਪਰ ਕਵੀ ਜੀ ਹਰ ਵੇਲੇ ਨਾਮ ਸਿਮਰਨ ਕਰਦੇ ਦਿਸਦੇ ਨੇ, ਤੁਸੀਂ ਜਦ ਵੇਖ ਲਿਆ। ਉਹ ਜਿਹੜਾ ਬੜਾ ਸੰਘਰਸ਼ ਵਿਚਾਰਾਂ ਦਾ ਸੀ ਉਹਨੇ ਆਪ ਆਖਿਆ ਵੀ ਮੈਂ ਰਚਨਾ ਬਦਲੀਆਂ। ਦੂਸਰਾ ਜਿਹੜੇ ਪਿਸ਼ਾਬ ਕਰਦੇ ਨੇ ਉਹ ਸ਼ੀਸ਼ੀ ਹੋਰ ਰੱਖਣ ਪਾਣੀ ਵਾਲੀ ਜਲ ਵਰਤਿਆ ਕਰਨ, ਜਲ ਵਰਤ ਕੇ ਚੂੜਾ ਕਰਨ। ਕੋਸ਼ਿਸ਼ ਕਰੋ ਬਈ ਘੱਟੋ ਘੱਟ ਖੂਹ ਦੀ ਮਰਿਆਦਾ ਜ਼ਰੂਰ ਹੋਵੇ। ਤਾਂ ਮੇਰੇ ਬੜੇ ਤਜਰਬੇ ਨੇ ਜਿਹੜੇ ਸਵਾਲਾਂ ਨੇ ਥੋੜ੍ਹੀ ਉਮਰ 'ਚ ਮੈਨੂੰ ਵਿਖਾ ਦਿੱਤੇ ਨੇ ਕਿ ਸਾਡੇ ਹਾਕੀ ਵਾਲੇ ਮੁੰਡੇ ਜਿਹੜੇ ਸਨ ਜਦੋਂ ਇਸ਼ਨਾਨ ਕਰਦੇ ਸੀ, ਭਜਨ ਬਾਣੀ ਕਰਦੇ ਸਨ ਅਤੇ ਸੋਧ ਰੱਖਦੇ ਸਨ, ਅਸਹੀ ਵਾਰ ਬਣਦੇ ਸਨ, ਰਹਿਰਾਸ ਪੜ੍ਹਦੇ ਸਨ ਰਾਤ ਨੂੰ ਜਾਂ ਸੋਧ ਪੜ੍ਹ ਕੇ ਸੁਣਦੇ ਸਨ, ਇਹ ਫਟਾਫਟ ਛੋਟੇ ਛੋਟੇ ਬੱਚੇ ਵੱਡੇ ਵੱਡੇ ਦਿੱਤੀ ਜਾਂਦੇ ਸਨ। ਜਿਸ ਵੇਲੇ ਵੱਡੇ ਹੋ ਗਏ ਇਹਨਾਂ ਨੇ ਸਾਰੀਆਂ ਗੱਲਾਂ ਵਿਸਾਰ ਦਿੱਤੀਆਂ, ਉਹ ਟਰੈਕ ਵੀ ਪਾਉਣ ਲੱਗ ਪਏ, ਕੁਛ ਵਰਦੀਆਂ ਵਰਦੀਆਂ ਇਹਨਾਂ ਨੇ, ਭਜਨ ਬਾਣੀ ਛੱਡਤਾ, ਮਰਿਆਦਾ ਛੱਡ ਦਿੱਤੀ, ਵਿਚਾਰ ਪੜ੍ਹ ਗਿਆ ਹਾਲ ਹੀ ਹੁੰਦਾ। ਹੁਣ ਮੈਂ ਹੁਣ ਕਾਫੀ ਜੇ ਤੁਹਾਨੂੰ ਗੱਲ ਦੀ ਲੋੜ ਵੀ ਜਾਪਦੀ ਸੀ, ਮੁੰਡਿਆਂ ਨੇ ਆਖਿਆ ਵੀ ਸਾਨੂੰ ਬੱਸ ਬਣਾ ਕੇ ਜਾਣਾ, ਉਹਨਾਂ ਬੜਾ ਔਖਾ ਹੋਇਆ। ਤਾਂ ਅੜੇਸ਼ ਜਿਹੜੀ ਹੁੰਦੀ ਕਿਸੇ ਗੱਲ ਦੀ, ਕਈ ਗੱਲਾਂ ਕਈ ਸੌਖੇ ਮੰਨਦੇ ਨੇ, ਕਈ ਉਹਨੂੰ ਕਿਸੇ ਅੜੇਸ਼ 'ਚ ਆ ਕੇ ਮੰਨਦੇ ਨੇ। ਮੈਂ ਕਿਹਾ ਜੇ ਉਹਨਾਂ ਨੂੰ ਆਖੋ ਵੀ ਜੇ ਉਹਨਾਂ ਨੇ ਬੱਸ ਬਣਾਉਣੀ ਹੈ ਨਾ, ਉਹ ਰੱਖ ਲੈਣ ਬੱਸ ਬਣਵਾ ਦੇਣਾ। ਪਰ ਇਹੋ ਜਿਹੀ ਮੈਂ ਫਿਰ ਤੁਹਾਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਆ ਜਾਵੇ ਉਹਨਾਂ ਕੋਲ ਜਿਹੜਾ ਕੰਮ ਕਰ ਦੇਗਾ ਆਹ ਕੰਮ ਗੱਲ ਭਜਨ ਕਰ ਜਾਵਾਂਗੇ, ਨਾਮ ਜੋੜ ਕਰਨਾ ਮਨ ਮੈਂ ਜਿਹੜੇ ਵੀ ਤੇਰੇ ਨਾਲ ਆ ਜਾਵਾਂਗਾ, ਜਾਂ ਫਲਾਣੀ ਕੰਮ ਜਿਹੜਾ ਕੰਮ ਕੋਈ ਆਵੇ ਉਹਨੂੰ ਉਸੇ ਵੇਲੇ ਆਖੋ। ਜਿਹੜਾ ਲੋਕ ਜਿਹੜਾ ਪ੍ਰਚਾਰ ਕਰਦਾ ਉਹ ਵੀ ਬੜਾ ਵਧੀਆ, ਪਰ ਜਿਹੜੇ ਤੁਸੀਂ ਘਰਾਂ ਘਰਾਂ ਵਿੱਚ ਜਾਂਦੇ ਹੋ ਉਸੇ ਵੇਲੇ ਜਾ ਕੇ ਉਹਨੂੰ ਆਖੋ ਵੀ ਤੇਰੀ ਖੋਦ ਹੈਗੀ ਜਾਂ ਤੂੰ ਸਵੇਰ ਸਾਈਂ ਕਿਸੇ ਹੋਰ ਲਾਉਣਾ, ਉਹ ਗੱਲ ਬਣਾ ਕੇ ਉੱਥੇ ਰੋਟੀ ਖਾਓ। ਅਤੇ ਇੱਕ ਜੋੜੇ ਵਾਲੇ ਚਰਨ ਜਿਹੜੇ ਹੁਣ ਚਰਮੜੇ ਦਾ ਜੋੜਾ ਜੇ ਪਾਇਆ ਹੈ, ਜਿਹੜਾ ਮਨ ਬਣਿਆ ਮੰਜੇ ਦੇ ਸਾਹ ਜਦੋਂ ਨਿਤਨੇਮ ਕਰਨਾ ਉਹ ਇਸ ਤਰ੍ਹਾਂ ਕਰੇ। ਹੋਰ ਹੱਥ ਮਾਂਜਣ ਵਾਸਤੇ ਦੱਸੋ ਇਹ ਦੱਸੋ ਕਿ ਸਾਬਣ ਨਾਲ ਸਫਾਈ ਹੋ ਜਾਂਦੀ ਹੈ, ਪਵਿੱਤਰਤਾ ਨਹੀਂ ਆਉਂਦੀ ਸਾਬਣ ਨਾਲ। ਪਵਿੱਤਰ ਸ਼ਬਦ ਦਾ ਅੰਗਰੇਜ਼ੀ ਵਿੱਚ ਮੇਰਾ ਨਹੀਂ ਖਿਆਲ ਕੋਈ ਤਰਜਮਾ ਹੋਵੇ, ਮੈਨੂੰ ਇਹ ਨਿਭਾਏ ਤੱਕ। ਦੂਜਾ ਇਹ ਨਿੱਕੀ ਨਿੱਕੀ ਗੱਲਾਂ ਨੇ, ਇਹਨਾਂ ਵੱਲ ਤੁਸੀਂ ਜ਼ਰੂਰ ਧਿਆਨ ਦਿਓ ਕਿ ਇਹ ਤਗੜੇ ਹੋ ਕੇ ਆਪਣੇ ਮਨਾਂ 'ਚੋਂ ਇੱਕ ਦੂਜੇ ਵਾਸਤੇ ਈਰਖਾ ਦੁਆਇਆ ਛੱਡੋ ਅਤੇ ਪਿਆਰ ਪੈਦਾ ਕਰੋ ਆਪਣੇ ਦਿਲਾਂ ਵਿੱਚ। ਸਭ ਤੋਂ ਵੱਡਾ ਪਿਆਰ ਸਤਿਗੁਰੂ ਦਾ, ਉਹ ਸਾਡੇ ਅੰਦਰ ਆਵਾ ਜਿਹੜੇ ਸਾਨੂੰ ਸਾਰੇ ਚੰਗੇ ਦਿਓ। ਮੈਂ ਬਾਰੇ ਜਿਹੜਾ ਆਖਿਆ ਸੀ ਮੈਂ ਤੁਸੀਂ ਅੰਦਰ ਹਸਪਤਾਲ ਬੜਾ ਮਾੜਾ, ਕੋਈ ਬੜਾ ਮਾੜਾ, ਉਹ ਬੜਾ ਮਾੜਾ, ਸਾਣਾ ਬੜਾ ਮਾੜਾ, ਤੁਸੀਂ ਮੇਰੇ ਦਾ ਤੁਸੀਂ ਵੀ ਭਾਵ ਚੱਲ ਜੀ ਸਾਰੇ ਤੁਹਾਨੂੰ ਚੰਗੇ ਲੱਗਦੇ, ਨਹੀਂ ਮੈਂ ਤਜਰਬਾ ਕਰਕੇ ਦੇ ਸਕਦਾ ਜਾਇਆ ਲੱਗਦਾ ਜਦੋਂ ਮੇਰੇ ਵਾਸਤੇ ਗੱਲ। ਮੈਂ ਐਸੀਆਂ ਆਤਮਾ ਸਿੰਘ ਨੂੰ ਆਖਿਆ ਸੀ ਵੀ ਸਾਡੇ ਵੀ ਜਦੋਂ ਮੈਂ ਇੱਥੇ ਹਾਂ ਨਾ ਉਦੋਂ ਮੇਰੇ ਪਿੱਛੇ ਬਿਨਾਂ ਮੈਨੂੰ ਕੋਈ ਮਜ਼ਬੂਰ ਨਾ ਚੱਲੇ, ਜਾਂ ਕਿ ਇਹ ਲੱਗਦਾ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੱਲ ਠੀਕ ਹੈ, ਹੋਏ ਠੀਕ ਰਹਿਣੀ ਜਾਂ ਨਾ ਰਹਿਣੀ ਸਾਰੇ ਵਾਸਤੇ ਗੱਲ ਨਹੀਂ, ਸਭ ਦੂਰ ਦੇ ਵਾਸਤੇ ਗੱਲ। ਆਪਣਾ ਖੇਤੀ ਕਰਨਾ ਜ਼ਮੀਨਦਾਰ ਦਾ ਕੰਮ ਹੈ, ਉਹ ਲਾਣੇ ਸਭ ਲਾਣੇ ਜਾਣੇ ਸਾਡੇ ਵਾਸਤੇ ਗੱਲ। ਸੋ ਅੱਜ ਮੈਂ ਇਸ ਵਾਰ ਤੁਹਾਨੂੰ ਜ਼ਰੂਰ ਮਿਲਦਾ ਇਹ ਅੱਜ ਕਰਨ ਵਾਸਤੇ ਬੜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਜਿਹੜੇ ਤੁਸੀਂ ਆਪਣੀ ਕੀਮਤੀ ਹੋਸ ਕੱਢ ਕੇ ਆਏ ਹੋਏ ਸੀ ਅਤੇ ਇਹ ਸਮਾਗਮ ਹੁਣ ਸਮਾਪਤ ਕੀਤਾ ਜਾਂਦਾ। ਜਿਹਨਾਂ ਜਿਹਨਾਂ ਘਰਾਂ ਨੂੰ ਜਾਣਾ ਉਹ ਜਿਹੜੇ ਛੁੱਟੀ ਨਹੀਂ ਮੰਗੀ ਸਾਰੇ ਕੰਮ ਛੱਡ ਕੇ ਆਏ ਨੇ, ਅਤੇ ਜਿਹੜੇ ਅਗਲੇ ਦਿਨ ਨੇ ਉਹ ਛੁੱਟੀ ਕਰਦੇ ਹਾਂ। ਇਹ ਨੂੰ ਵਧਾਓ, ਇੱਕ ਇੱਕ ਜਥੇਦਾਰ ਪੰਜ ਪੰਜ ਬੰਦੇ ਵੀ ਜਦੋਂ ਲੈ ਆਏ ਨਾ ਅਤੇ ਹਰ ਸਾਲ 'ਚ ਉਹਨਾਂ ਨੂੰ ਆਖਿਆ ਜਾਵੇ ਵੀ ਤੁਸੀਂ ਪੰਜ ਪੰਜ ਅੱਗੋਂ ਬਣਾਓ, ਅਤੇ ਇਹ ਥੋੜ੍ਹਾ ਥੋੜ੍ਹਾ ਇਸ ਪਾਸੇ ਆਦਤ ਪਾਓ। ਜਥੇਦਾਰੀ ਠੀਕ ਹੈ, ਬੜੀ ਵਧੀਆ ਚੀਜ਼ ਹੈ, ਉਹਦੇ ਨਾਲ ਬੜੇ ਬੜਿਆਂ ਨੂੰ ਫਾਇਦਾ ਪਹੁੰਚਦਾ, ਜਿੰਨਾ ਚਿਰ ਸੱਤ ਸੌ ਹੁੰਦੇ ਨੇ ਉਹ ਕਰਨਾ ਚੰਗੀਆਂ ਗੱਲਾਂ ਪੈਂਦੀਆਂ। ਈਰਖਾ ਦਾ ਬਹੁਤ ਵੱਡਾ ਜ਼ਮਾਨਾ ਹੈ, ਫਿਰ ਐਵੇਂ ਹੀ ਦੂਸਰੇ 'ਤੇ ਆ ਜਾਂਦੇ। ਮੈਂ ਆਪਣੇ ਸੇਵਕਾਂ ਨਾਲ ਵੀ ਕੱਚ ਨਾ ਕੋਈ ਲੈਵਲ ਮੈਨੂੰ ਗੁੱਸਾ ਚੜ੍ਹ ਜਾਂਦਾ ਵੀ ਇਹ ਹੈ ਗਲਤ ਗੱਲ ਜਿਹੜੀ ਇਹ ਗੱਲ ਜਿਹੜੀ ਥੋੜ੍ਹੀ ਆਪਣੇ ਅੰਦਰੋਂ ਕੱਢੋ ਤਰੇ ਹੋ ਗੁੱਸਾ ਈਰਖਾ, ਇਹ ਕਿਸੇ 'ਤੇ ਵੀ ਸਵਾਰ ਕੋਈ ਸਵਾਰ ਵੀ ਬੰਨਿਆਂ 'ਚ ਹੋ ਜਾਣਾ ਇੱਕ ਫਿਰ ਬੰਦਾ ਨਹੀਂ ਜਾਓ, ਫਿਰ ਤੁਹਾਨੂੰ ਪਤਾ ਬੜਾ ਜਦੋਂ ਕੋਈ ਵੀ ਚੀਜ਼ ਸਵਾਰ ਹੋਵੇ ਜਦੋਂ ਉੱਥੇ ਨਿਕਲਦਾ ਨਾ ਆਦਮੀ ਅਤੇ ਫਿਰ ਸੰਤ ਨਗਰ 'ਚ ਲੜ ਪਏ ਦੋ ਧਰੇ ਹੋ ਗਏ ਬੜੇ ਡਾਂਗਾ ਚੁੱਕੇ ਫਿਰ ਨੁਕਾ ਚੁੱਕੇ ਫਿਰ ਬੜਾ ਉਹਨਾਂ ਨੂੰ ਆਖਿਆ ਮਸਾਂ ਬਣਾਇਆ ਅਤੇ ਉਹਨਾਂ ਨੂੰ
आदत है
ਤੁਰਨ ਫਿਰਨ ਲਈ ਜਦੋਂ ਆਸ ਪਾਈ ਉਹ ਕਰਦਾ ਵਿਹਾਰ ਵੀ ਕੋਈ ਨਹੀਂ ਕਰਦਾ, ਇੱਧਰ ਤੁਰਿਆ ਫਿਰੇਗਾ ਇੱਧਰ ਤੁਰਿਆ ਫਿਰੇਗਾ। ਜਿਹੜੇ ਵਿਹਾਰ ਕਰਦੇ ਨੇ ਉਹਨਾਂ ਨੂੰ ਵਿਹਾਰ ਕਰਨ ਦੀ ਆਦਤ ਪੈ ਗਈ, ਉਹ ਬਾਹਰ ਨਹੀਂ ਕਦੇ ਵੀ ਜਾਂਦੇ, ਆਪਣੇ ਘਰ ਦਾ ਧਿਆਨ ਰੱਖਦੇ। ਅਸਲ ਘਰ ਸਾਡਾ ਜਿਹੜਾ ਉਹ ਨਾਮ ਸਿਮਰਨ ਵਾਲੇ ਪਾਸੇ ਦਾ। ਤੁਸੀਂ ਚਾਰ ਘੰਟੇ ਸਵੇਰੇ ਚਾਰ ਘੰਟੇ ਸ਼ਾਮ ਨੂੰ ਨਾਮ ਸਿਮਰਨ ਦਾ ਨਿਯਮ ਬਣਾਓ। ਇਹ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਹਾਨੂੰ ਤਾਂ ਫਾਇਦਾ ਹੋਵੇਗਾ ਹੀ, ਪਰ ਜਿਹੜੇ ਤੁਹਾਡੇ ਨੇੜੇ ਨੇ ਗੁਆਂਢੀ ਨੇ ਉਹਨਾਂ ਨੂੰ ਫਾਇਦਾ ਪਹੁੰਚੇਗਾ। ਤੁਸੀਂ ਇੱਥੇ ਵੇਖ ਲਓ, ਮਰਿਆਦਾ ਰੱਖੋ, ਪਾਣੀ ਖੂਹ ਦਾ ਲਿਆਓ। ਅੱਜ ਕੱਲ੍ਹ ਬਥੇਰੇ ਸਾਧਨ ਨੇ, ਰਿਕਸ਼ਾ ਮਿਲ ਜਾਂਦਾ ਕਿਰਾਏ 'ਤੇ, ਕਈਆਂ ਕੋਲ ਗੱਡੀਆਂ ਨੇ, ਮੋਟਰਸਾਈਕਲ ਨੇ। ਪਾਣੀ ਜਿੱਥੋਂ ਵੀ ਲਿਆਉਣਾ ਲਿਆ ਕੇ ਮਰਿਆਦਾ ਰੱਖੋ। ਜੇ ਹੋ ਕੁਛ ਨਹੀਂ, ਘੱਟੋ ਘੱਟ ਨਲਕੇ ਦਾ ਪਾਣੀ ਛੱਡੋ, ਨਾਮ ਸਿਮਰਨ ਵਾਲੇ ਪਾਸੇ ਲੱਗੋ। ਜੀ ਆਪ ਬਣਾ ਲਓ ਪ੍ਰੋਗਰਾਮ ਵੀ ਪੰਜਾਂ ਤੋਂ ਘੱਟ ਬੰਦੇ ਬਿਲਕੁਲ ਨਾ ਹੋਣ, ਜਿਹੜੇ ਨੌਜਵਾਨ ਉੱਤੇ ਜਿੰਨੇ ਹੋ ਜਾਣ ਉਹ ਬਹੁਤ ਵਧੀਆ ਗੱਲ। ਦੱਸਿਆ ਇਹਨਾਂ ਬਾਅਦ ਵਾਲੇ ਬੰਦੇ ਨੂੰ ਸਾਰੇ ਤਿਆਰੀ ਕਰਦੇ, ਕੰਮ ਕਰਦੇ ਨੇ ਆਪਣਾ ਸਾਰੇ, ਇਹਨੇ ਵੀ ਉਹ ਲੈਣੇ ਨੇ। ਲੇਕਿਨ ਅੱਠ ਘੰਟੇ ਨਾਮ ਸਿਮਰਨ ਸ਼ੁਰੂ ਕਰਦੇ। ਪਿੰਡ ਮੇਲਾ ਸੀ ਉੱਥੇ, ਉਹ ਪੈਸਾ ਸਵੇਰੇ ਸਵੇਰੇ ਸਾਰਿਆਂ ਨੂੰ ਵੱਖਰੇ ਹੀ ਪਤਾ ਲੱਗਦਾ ਸੀ ਵੀ ਇਹ ਨਾਮ ਸਿਮਰਨ ਵਾਲੇ ਆਏ ਨੇ। ਸਵੇਰੇ ਸਾਡੇ ਕਿਸੇ ਨਿਆਣ ਕੀਤੇ ਆਸ ਨੂੰ ਗੜਵੇ ਪੂਏ ਵਾਲਾ ਸਾਡੇ ਨਿਆਣੀ ਨਾਲ ਲਈ ਮਿਲਦੇ। ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਜੀਓ ਮੈਂ ਸਾਰਾ। ਜਬ ਖਾਲਸਾ ਰਲ ਮਿਲ ਜਾਇਆ ਹੈ, ਧਰਮ ਦਾ ਤੇਜ ਸ਼ੀਨ ਹੋ ਜਾਇਆ, ਧਰਮ ਦਾ ਤੇਜ ਗਿਆ ਤਾਂ ਕੰਮ ਖਤਮ। ਇੱਥੇ ਨਾਲ ਖਾਓ, ਕਿੰਨੇ ਜਣੇ ਤਿਆਰ ਹੋ ਦੇਸ਼ ਕੰਮ ਵਾਸਤੇ, ਵਕਤ ਬਣਾਓ ਕਿੰਨੇ ਵਜੇ ਕਰਨਾ, ਸ਼ਾਮ ਨੂੰ ਕਿੰਨੇ ਵਜੇ ਕਰਨਾ। ਤਾਪ ਚੜਿਆ ਹੋਵੇ, ਕੋਈ ਕੰਮ ਹੋਵੇ, ਇੱਥੋਂ ਨਾ ਖੁੱਜੇ ਉਤਰਦੇ ਹੋ। ਤੁਹਾਨੂੰ ਪਤਾ ਤਾਪ ਚੜੇ ਦੁਕਾਨ 'ਤੇ ਜਾ ਕੇ ਬਹਿ ਜਾਂਦੇ ਹੋ ਪੈਸਿਆਂ ਨਾਲ, ਇਹ ਸਭ ਤੋਂ ਵੱਡੇ ਪੈਸੇ ਨੇ, ਇਹਨਾਂ ਦੇ ਪਿੱਛੇ ਪੈਸੇ ਤੁਰੇ ਆਉਂਦੇ। ਸੋ ਤੁਸੀਂ ਇੱਥੇ ਨਾਲ ਖਾਓ, ਤਰੀਕਿਆਂ ਨਾਲ ਜੋ ਤੁਹਾਡੇ ਨਾਲ ਬਾਕੀ ਲਿਖਾਓ। ਇਹਦਾ ਭਰਾ ਜਾਣੋ, ਇਹ ਬਹੁਤ ਚੰਗਾ ਆਖਿਆ, ਉਹਦਾ ਪਰਉਪਕਾਰ ਜਾਣੋ ਜਿਹਨੇ ਤੁਹਾਨੂੰ ਚੰਗੇ ਪਾਸੇ ਲਾਇਆ। ਹੋਰ ਜਿੰਨਾ ਮਰਜ਼ੀ ਕਰੋ, ਤੁਹਾਡਾ ਮੂੰਹ ਵਿਹਲਾ ਹੁੰਦਾ ਚਾਰ ਘੰਟੇ ਸਵੇਰੇ ਚਾਰ ਘੰਟੇ ਸ਼ਾਮ ਨੂੰ। ਚਾਰ ਘੰਟੇ ਸਵੇਰੇ ਚਾਰ ਘੰਟੇ ਮਹੀਨੇ ਕੋਲ ਵੀ ਉਹਨਾਂ ਨੇ ਨਾ ਆਪਣੇ ਆਪ ਹੀ ਆ ਕੇ ਬੁੱਢਿਆਂ ਨੇ ਪਤਾ ਨਹੀਂ ਮਾਰ ਕੇ ਪੁੱਛਿਆ ਵੀ ਫਟਾਫਟ ਆ ਕੇ ਨਾਲ ਖਾਏ ਨਾ, ਅਤੇ ਮੈਨੂੰ ਡਰ ਸੀ ਵੀ ਉਹ ਪਤਾ ਨਹੀਂ ਕਿੰਨੇ ਪੂਰੇ ਨੇ ਹੁਣ, ਇੱਦਾਂ ਪੂਰੇ ਨੇ ਪੂਰੀ ਤਰ੍ਹਾਂ ਧਿਆਨ ਤਾਂ ਲੱਗੀ। ਇੱਕ ਮੁੰਡਾ ਜਾਮ ਬੱਬੋ, ਬਹੁਤ ਵੱਡੇ ਧਨੀ ਦਾ ਮੁੰਡਾ, ਅਤੇ ਉਹਨਾਂ ਦੇ ਮਾਂ ਪਿਓ ਤਾਂ ਨਹੀਂ ਮਿਲੇ ਉੱਠਦੇ, ਅਤੇ ਉੱਥੇ ਸਗੋਂ ਦੀ ਕਿਰਪਾ ਕੀਤੀ ਹੁਣ ਕੋਈ ਮੁੰਡਾ ਛੋਟੇ ਬੱਚੇ ਛੋਟੇ ਬੱਚੇ ਵੀ ਆ ਕੇ ਦੋ ਦਿਨ ਹਫ਼ਤੇ ਦੇ ਰੱਖੇ ਉਹਨਾਂ ਨੇ ਸਾਰੇ ਪਰਿਵਾਰ ਸਵੇਰੇ ਚਾਰ ਕਰਕੇ ਜਾਂਦੇ। ਉਹਨਾਂ ਨੂੰ ਨਾ ਇੰਨਾ ਚਾਅ ਹੋਇਆ ਵੀ ਹੁਣ ਆਪਣੇ ਪੰਜਾਬੀ ਪੜ੍ਹਦੇ ਨੇ ਅਤੇ ਬਾਣੀ ਪੜ੍ਹਨ ਲੱਗ ਪਏ, ਬਿਲਕੁਲ ਪੰਜਾਬੀ ਨਹੀਂ ਸਾਨੂੰ ਆਉਂਦੇ, ਪੰਜਾਬੀ ਬੋਲਦੇ ਨੇ ਸਾਰੇ, ਅਤੇ ਮਾਂ ਪਿਓ ਸਾਰੇ ਘਰ ਪੰਜਾਬੀ ਦੀਆਂ ਗੱਲਾਂ ਕਰਦੇ ਨੇ ਆਪਣਾ ਨੌਕਰ ਬੱਚਿਆਂ ਦੇ ਬਾਰੇ। ਉਹ ਮੁੰਡੇ ਛੋਟੇ ਬੱਚੇ ਐਡਾ ਕੁ ਬੱਚਾ ਹੈ ਬੜਾ ਜ਼ਰੂਰੀ ਗਿਆ, ਮੈਨੂੰ ਖੇਲ ਪੰਜਾਬੀ ਦੇਖੇ ਪ੍ਰਸ਼ਨ ਨਹੀਂ ਪੰਜਾਬੀ ਲਿਖੇ। ਉਹਨਾਂ ਨੇ ਮੁੰਡਾ ਜਿਹੜਾ ਬਹੁਤ ਵੱਡੇ ਤਰ੍ਹਾਂ ਗਿਆ, ਉਹਨੇ ਮੁੰਡੇ ਨੂੰ ਆਖਿਆ ਵੀ ਮੈਂ ਪਹਿਲਾਂ ਨਹੀਂ ਥਾ ਉੱਠਦਾ, ਹੁਣ ਮੈਂ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਭੱਜ ਕਰਦਾ, ਉਹਦਾ ਇਹਦਾ ਸਵਾਦ ਹੀ ਬੜਾ। ਉਹ ਬੱਚਿਆਂ ਦੂਜਿਆਂ ਨੂੰ ਸਾਰੇ ਹੈਰਾਨ ਨੇ ਬੜੇ ਵੀ ਇਹਦਾ ਭੈਣ ਦਾ ਮੁੰਡਾ ਕਦੇ ਉੱਠਦਾ ਨਹੀਂ, ਇਹ ਇਸ ਪਾਸੇ ਲੱਗ ਪਿਆ। ਜਿਹੜਾ ਕੋਈ ਤੁਹਾਨੂੰ ਇੱਕ ਬੰਦਾ ਆ ਕੇ ਦੱਸਦੇ ਨਾ ਫਲਾਣੇ ਥਾਂ ਖੁਰਾਕ 'ਤੇ ਦਿਹਾੜੀ ਇੰਨੀ ਮਿਲਦੀ ਹੈ, ਭੱਜ ਕੇ ਜਾਂਦੇ ਤੁਸੀਂ ਉੱਥੇ, ਉਹਨੇ ਵੀ ਇਸੇ ਨੇ ਦੱਸਿਆ ਵੀ ਬਹੁਤ ਸਵਾਦ ਹੁੰਦਾ ਇਹਦਾ, ਤਗੜੇ ਹੋ ਕੇ ਭਜਨ ਕਰਿਆ ਕਰੋ, ਤੁਸੀਂ ਤਗੜੇ ਹੋ ਕੇ ਭਜਨ ਕਰੋ, ਸਵਾਦ ਪੈਦਾ ਕਰੋ ਇਸ ਚੀਜ਼ ਦਾ ਆਪਣੇ ਅੰਦਰ। ਜੇ ਤੁਸੀਂ ਨਾਮ ਸਿਮਰਨ ਵਾਸਤੇ ਬੈਠੋ, ਤੁਹਾਡੇ ਕੋਲੋਂ ਦੀ ਗੱਡੀ ਲੰਘ ਜਾਏ, ਟਰੱਕ ਲੰਘ ਜਾਏ, ਊਠ ਘੋੜਾ ਕੋਈ ਚੀਜ਼ ਲੰਘ ਜਾਏ, ਤੁਹਾਨੂੰ ਨਾ ਪਤਾ ਹੋਵੇ ਕੋਈ ਲੰਘ ਗਿਆ, ਇਸ ਪਾਸੇ ਇੰਨੇ ਤਗੜੇ ਹੋ ਕੇ ਬੈਠੋ। ਧੰਨਵਾਦ।
लड़ाई झगड़ा फसाद ईर्षा द्वेष बहुत ज्यादा ओहदा इलाज तुसीं इनको लभदा नहीं ओहदा इलाज कोई इहदे भजन बाणी करो तगड़े हो अज तो 50-60 साल पहलों जो बंदे ने उन्होंने पूछो कि वो पैसा बड़ा घट सी तो मन की शांति नहीं थी ना शांति हो सकती अरे जीवनगर के इलाके के पिंड सारे पिंड भैनी साहब शुरू है ना 8-8 घंटे का तुम भैनी साहब जाना बड़ा औखा जहाँ भैनी साहब चलो हाथ से घर के दूजे पास घर रहने देखो तुम सौखा लगेगा तो तुम अपना वक्त बनाओ 4 घंटे सवेरे 4 घंटे शाम नाम से 5 दिन जो दूर होने से उम्र छोटी जमन अगों बाद नौजवान रख के होंगे उन्होंने जो होगा तुम लैके तुर पैणगे पीते खाते गलतियां करते हैं पर जो एक बस चुप गया तो बचा रहेगा जो जिस शहर में 15-20 वीर होने से 2-4 दीपा का ही भला हो जाता एक प्रोग्राम बनाओ सवेरे 4 घंटे सवेरे शाम को आदत है आदत पी है ना इन्होंने बंद काम भी नहीं करते तुरे ही फिरते हैं कोई काम नहीं करते रोटी बन मांग के खा लें तो वो आदत बनी जो ये आदत बन जाएगी ना नाम सुनने की ये आदत पाओ अपने आप में तुहाडे घर च माहौल हो चार घंटे नाम सुनने करके जाओ तुहाडी मावां भैणा घर भी कर दियां हो पर सारे घर पता हो नाम सुनता है हाथ किए मंजने इनान किए करना कुर्सी किए लाने बुढ़ी गया जो सदा असल काम है तो तगड़े भोजन करो इस शहर वाले और संत नगर धर्म धर्मपुरे तो दमदमे सारे श्री उन्होंने जीता नाम इन्होंने बाद से जरा मुझे पिछले पास अगले डेढ़ के मुंडे गाड़ी किसी ने नहीं आई है गाड़ी 15-16 ने और कई दिन जीता वो मेरे पिंड जवान भी गए थे सारे बिल्कुल जापन भी पूछे ने गड़े कुए हाथ की वहाँ सारा कुछ लेके आए हो ज्यादा रखते ने तो पूरे के पूरे अजय किरे नहीं होना चाहिए किसी सियाने हो 2-4 दिन उन्होंने लंगर करके उन्होंने बुलादा हो फिर उसे सगन तो कोशिश करो कि जरा नलके का पानी घटो घट ना पीता जाए तो आरस पाओ अपने आप में छूते जाते रिक्शे मिल जाते हैं कि अगर मोटरसाइकिल ने किए कोई कारा ने उन्होंने जाके पानी पाओ जो साढ़े को पानी से ना किसी डर खेलों के पाइया पानी धो के 4-4 कोई तो लिया सौ डाल तो तुम्हें उस पास आरस बहुत अगले हो गए सबर तो शाबाशी मिले सामने सारे नाम वाले तो ना लिखो तो मैंने दस दो कि मुझे आके पता करना हो पता लगे नाम सुन किन्ने बजे कर दें कि छापा नहीं मरना हो पता लग जाए जरा इतने अपने को ना लिख लो सामने जैसे लिखो सारे जैसे एक बंदा सुनना चाहिए नाल रहेगा जने तीन तीन दिन की ड्यूटी ला के इस तरह पूरे कर लो वही ठीक है
ਕੋਸ਼ਿਸ਼ ਕਰੋ ਕਿ ਸਾਰੇ ਆਇਆ ਕਰੋ ਇੰਨੇ ਵੱਖ ਵੱਖ ਯਾਦ ਕਰੋ ਬਿਲਕੁਲ ਬਹੁਤ ਜ਼ਿਆਦਾ ਜੀਵ ਖਰਾਬ ਹੋਏ ਤੇ ਇਹ ਹਾਰ ਗਿਆ ਔਰ ਇਹ ਯਾਦ ਬਹੁਤ ਜ਼ਿਆਦਾ ਪੰਜ ਤੋਂ ਬਿਲਕੁਲ ਨਾ ਕਰਨਾ ਸਾਰੇ ਯਾਦ ਚਾਰ ਘੰਟੇ ਸੂਰੇ ਚਾਰ ਘੰਟੇ ਕੰਮ ਤਾਂ ਪੂਰੇ ਕਰ ਉਹਨਾਂ ਕਿਉਂ ਕੋਈ ਹੋਵੇ ਜਿਹੜਾ ਹਾਜ਼ਰੀ ਜਾਵੇ ਅੰਮ੍ਰਿਤ ਬਣਾਓ ਛੱਡੋ ਅਤੇ ਨਲਕੇ ਦਾ ਪਾਣੀ ਘੱਟੋ ਘੱਟ ਛੱਡੋ ਹਾਂ ਹੌਲੀ ਹੌਲੀ ਆਦਤ ਪਾਉਣ ਜਾਂਦੀ ਕੋਈ ਜ਼ਮੀਨ ਨਹੀਂ ਖਾਂਦੇ ਕੋਈ ਪਹਿਰਾਵੇ ਬਿਲਕੁਲ ਠੀਕ ਰੱਖਣਾ ਵੇਲਾ ਵਕਤ ਵਿਚਾਰੀਏ ਤੇ ਕਿਹੜੇ ਵੇਲੇ ਭਗਤ ਹੋਏ ਕੋਈ ਸਾਹ ਖਾਲੀ ਚੰਗਾ ਦਬਾ ਸਾਡੇ ਨੀ ਲੱਗਾ ਬਾਕੀ ਪਿੰਡਾਂ ਵਿੱਚ ਨਾਮ ਸੁਣਨ ਸ਼ੁਰੂ ਹੋਇਆ ਤੁਹਾਡੇ ਨਾਲ ਆਇਆ ਤੁਹਾਨੂੰ ਵੀ ਸੰਗ ਆਇਆ ਜੀ ਨਾ ਤੁਸੀਂ ਜਿਹੜੇ 16 ਤੋਂ ਲੱਗ ਕੇ 25 ਸਾਲ ਤੱਕ ਦੀ ਉਮਰ ਦੇ ਜਿਹੜੇ ਮੁੰਡੇ ਨੇ ਉਹ ਤਿਆਰ ਕਰੋ ਕਿੰਨੇ ਕੁ ਮਿਲਣ ਤੁਹਾਡੇ ਉਹ ਇੱਥੇ ਆ ਕੇ ਦਰਸ਼ਨ ਦੇਣ ਮਾਤਾ ਪਿਤਾ ਨੂੰ ਪ੍ਰੇਰਨਾ ਦੇਣ ਉਹ ਆਪ ਵੀ ਆਉਣ ਇਹਨਾਂ ਬਾਅਦ ਜਾਪਦਾ ਵੀ ਮਾਤਾ ਪਿਤਾ ਨੂੰ ਨਹੀਂ ਪੁੱਛਿਆ ਦਵਾ ਦਵਾ ਮੁੰਡੇ ਆ ਕੇ ਅੱਗੇ ਸੋ ਗਏ ਹਨ ਅਤੇ ਉਹ ਸਾਰੇ ਦੇ ਸਾਰੇ ਕਹਿ ਰਹੇ ਕਈ ਦਿਨਾਂ ਤੋਂ ਦੱਸਣੇ ਸ਼ੁਰੂ ਕੀਤਾ 15-16 ਮੁੰਡੇ ਨੇ ਤੁਸੀਂ ਸੰਗਣਪੁਰ ਵਾਲੇ ਸਿਰ ਚਾਹੀ ਜਾਂਦੇ ਅੱਗੇ ਉੱਠ ਕੇ ਬੜਾ ਦਿਓ ਕਿਹੜੇ ਕਿਹੜੇ ਨੇ ਗਲੀਆਂ ਫਿਰਨ ਦੀ ਉਹ ਬਿਲਕੁਲ ਕੋਈ ਕੰਮ ਨਹੀਂ ਕਰਦੇ ਸਾਰੇ ਰਾਮ ਨੂੰ ਦੇ ਜਾਂਦੇ ਉਹਨੂੰ ਵਾਪਸੀ ਜਾਂਦੇ ਉਹਨੂੰ ਖਾਏ ਕਰਦੇ ਤੂੰ ਕਮਾਉਂਦਾ ਤੂੰ ਉਹ ਨਹੀਂ ਗਲੀਆਂ ਫਿਰਨ ਵਾਸਤੇ ਇਸ ਗੱਲ ਵਾਸਤੇ ਵੀ ਤੁਹਾਨੂੰ ਕਿਹਾ ਰੱਖਣਾ ਕੀ ਮਾਲਾ ਭਰ ਕੇ ਬਹਿ ਗਿਆ ਜਿਹੜੀ ਉਮਰ ਕੀ ਹੈ ਤੇਰੇ ਤੂੰ ਪਤਾ ਪਤਾ ਕਿਹੜੇ ਵੇਲੇ ਮੁੱਕ ਜਾਣੀ ਤੈਨੂੰ ਪਤਾ ਫਿਰ ਤਾਂ ਠੀਕ ਹੈ ਤੂੰ ਪਤਾ ਨਹੀਂ ਉਮਰ ਕਿਹੜੇ ਵੇਲੇ ਮੁੱਕ ਜਾਣੀ ਤੂੰ ਚਾਰਾ ਕਰ ਭਜਨ ਕਰਿਆ ਕਰ ਸਕਦੇ ਹੋ ਜਿਹੜਾ ਹੋਰ ਆਖੇ ਤਾਂ ਵੀ ਉਹਨੂੰ ਲਾਓ ਫਿਰ ਆਪ ਨਹੀਂ ਦਵਾਈ ਵਾਸਤੇ ਤੂੰ ਦਵਾਈ ਠੀਕ ਨਹੀਂ ਹੈ ਤੁਸੀਂ ਨਾਮ ਸੇਵਨ ਵਾਲੇ ਪਾਸੇ ਆਪ ਰੱਖੋ ਤੇ ਫਿਰ ਨਹੀਂ ਲਾਓ ਉਹ ਕੋਈ ਕੰਮ ਇਸ ਸਾਫ ਕਰਿਆ ਹੋਵੇ ਤਾਂ ਵੀ ਇਹ ਕੰਮ ਕਰ ਪਾਣੀ ਲਾਉਣ ਵੇਲੇ ਸਾਨੂੰ ਸਾਫ ਸੂਰ ਵੀ ਪ੍ਰਵਾਨ ਕਰ ਇਹਦੇ ਵਾਸਤੇ ਧਿਆਨ ਰੱਖਣਾ ਪਹਿਲ ਸਾਫ ਅੱਜ ਕੱਲ੍ਹ ਬਿਮਾਰੀਆਂ ਦੁੱਖ ਦਲੇ ਦੁਨੀਆਂ ਝਗੜੇ ਤਕਲੀਫਾਂ ਸਾਰੀਆਂ ਸਿਰਫ ਇਸ ਵਾਸਤੇ ਨਹੀਂ ਤੁਸੀਂ ਨਾਮ ਸੇਵਨ ਕਰ ਤੁਹਾਨੂੰ ਪਤਾ ਪੰਜਾਬ 'ਚ ਕਿੰਨਾ ਕੁਛ ਹੋਣ ਡਿਆ ਫਿਰ ਮਾਰਾ ਮਾਰੀ ਲੋਕਾਂ ਦਾ ਨਾਮ ਕਰੇ ਬਹੁਤ ਮਜ਼ਾ ਆਇਆ ਕੋਈ ਕੋਈ ਫੇਰ ਮਰਿਆਦਾ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ ਸੁਣੋ
ਲਿਖਿਆ ਸਤਿਗੁਰੂ ਦੇ ਹੁਕਮ ਸਿੱਖ ਦੀ ਮਰਿਆਦਾ ਨਹੀਂ ਤਾਂ ਕੀ ਹੈ ਸਤਿਗੁਰੂ ਦੇ ਹੁਕਮ ਅਨੁਸਾਰ ਮਰਿਆਦਾ ਬਾਹਰ ਲਿਖੀ ਹੈ ਉਹ ਇਸ਼ਨਾਨ ਕਰਨਾ ਹੱਥ ਮੰਜਣੇ ਰੇਤਾ ਦੇ ਪਾਣੀ ਵਗੈਰਾ ਅੰਦਰਲਾ ਨਾਮ ਸਿਮਰਨ ਕਰਕੇ ਬਾਣੀ ਪੜ੍ਹ ਕੇ ਜਦੋਂ ਪਾਕਿਸਤਾਨ ਬਣਿਆ ਤਾਂ ਇੱਥੇ ਪਿੰਡੋ ਪਿੰਡ ਆਸਰੀਵਾਦ ਰਜਿਤ ਨੇ ਬੜਾ ਕੁਛ ਹੁੰਦਾ ਸੀ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਸ਼ੱਕ ਉਦੋਂ ਸਾਡੇ ਕੋਲ ਪੈਸੇ ਨਹੀਂ ਸਨ ਉਦੋਂ ਆਵਾਜਾਈ ਦੇ ਸਾਧਨ ਇੰਨੇ ਨਹੀਂ ਸਨ ਸੜਕਾਂ ਨਹੀਂ ਸਨ ਪਰ ਅੰਦਰ ਸੁੱਖ ਸਵਾਦ ਸੀ ਉਹ ਜਿਹੜਾ ਗੁਆਚਦਾ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਇਸ ਕਰਕੇ ਗੁਆਚਦਾ ਹੈ ਉਹਦਾ ਇਸ਼ਾਰਾ ਕਰਨਾ ਚਾਹੀਦਾ ਬਾਕੀ ਕੋਈ ਪਿੰਡਾਂ ਵਿੱਚ ਸਾਧ ਸੰਗਤ ਦਾ ਉਦਮ ਕੀਤਾ ਨਾਮ ਸਿਮਰਨ ਹਰ ਹਰ ਮਿਤ ਖੱਟੇ ਖੱਟੇ ਹੋਏ ਜੀਓ ਲਾਹਾ ਖੱਟੇ ਹਰ ਹਰ ਮਿਤ ਕਰੇ ਹੋਏ ਜੀਓ ਜਿਓ ਲਾਹਾ ਖੱਟੇ ਹੋ ਗਿਆ ਉਹ ਤਾਂ ਹਰ ਵੇਲੇ ਕਰਨ ਵਾਸਤੇ ਹੈ ਦਿਨ ਰਾਤੀ ਅਰਾਧਾ ਪਿਆਰੋ ਜਿਖ ਨਾ ਪੀਜਿਆ ਪੀਜਾ ਪਰ ਅੱਜ ਕੱਲ੍ਹ ਆਮ ਤੌਰ 'ਤੇ ਦਿਹਾੜੀ ਅੱਖਾਂ ਘੰਟਾ ਹੀ ਦਿਨੀ ਜਾਂਦੀ ਕੋਸ਼ਿਸ਼ ਕਰੋ ਸਵੇਰੇ ਚਾਰ ਘੰਟੇ ਸਵੇਰੇ ਜਾਂ ਘੰਟੇ ਸ਼ਾਮ ਨੂੰ ਜਿੰਨੇ ਵੱਧ ਤੋਂ ਵੱਧ ਸਰੀਰ ਲੱਗ ਸਕਣ ਉਸ ਪਾਸੇ ਤੁਹਾਡੇ ਸਾਹਮਣੇ ਜਿਹੜੇ ਬੰਦੇ ਪਿਆਰ ਕਾਰ ਕਰਦਾ ਨਹੀਂ ਕਰਦੇ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਨੇ ਉਹ ਐਵੇਂ ਲੱਭੂ ਆਉਂਦੇ ਨੇ ਤੁਹਾਡੇ ਪਿਆਰ ਸਾਹਿਬ ਸਮਝਦੇ ਮੈਂ ਕੀ ਕਰ ਰਿਹਾ ਇਉਂ ਵੀ ਦੱਸਦੇ ਨੇ ਕਈ ਕਿਤਾਬ ਕੇ ਦੱਸਦੇ ਨੇ ਮੇਰਾ ਪੁੱਤਰ ਜਿਹੜਾ ਨਾ ਉਹ ਅਮਲ ਵਗੈਰਾ ਖਾਂਦਾ ਹੈ ਅਤੇ ਜਿਹੜੇ ਪੈਸੇ ਨੂੰ ਮਿਲਦੇ ਨੇ ਉਹ ਲੈ ਕੇ ਗੁਆ ਕੇ ਅਤੇ ਮੁੱਖਿਆਂ ਦਾ ਹੋਰ ਪੈਸੇ ਲਿਆ ਕੇ ਦੇ ਉਹ ਇਸ ਗੱਲ ਨੂੰ ਦੁਖੀ ਨੇ ਅਤੇ ਦੁੱਖ ਤਾਂ ਗੁਰੂ ਪ੍ਰਤਾਪ ਸਿੰਘ ਸੇ ਪਾਤਸ਼ਾਹ ਦੇ ਅਨੁਸਾਰ ਸਾਡੀ ਬੇਵਕੂਫੀ ਨਾਲ ਸਾਡੇ ਗਿਆਨ ਨਾਲ ਉਸਦੀ ਰੁਕਾਵਟ ਵਾਸਤੇ ਜਿਹੜੀਆਂ ਸਾਡੀਆਂ ਹੁੰਦੀਆਂ ਹਨੇਰੀਆਂ ਸਾਡੇ 'ਤੇ ਆਉਂਦੀਆਂ ਨੇ ਉਹਦੇ ਤੋਂ ਬਚਾਅ ਵਾਸਤੇ ਸਬਰਾਂ ਦਾ ਨਾਮ ਜਿਹੜਾ ਸਬਰਾਂ ਨੇ ਹਰਿਮੰਦਰ ਸਾਹਿਬ ਦੇਣਾ ਮੈਂ ਅੱਗੇ ਇੱਥੇ ਆਖਿਆ ਸੀ ਕੋਈ ਨਾਲ ਖਾਏ ਸਨ ਪਤਾ ਨਹੀਂ ਕੰਮ ਸ਼ੁਰੂ ਹੋਇਆ ਕਿ ਨਹੀਂ ਹੋਇਆ ਹੋ ਗਿਆ ਕੰਮ ਸ਼ੁਰੂ ਬਹੁਤ ਖੁਸ਼ੀ ਦੀ ਗੱਲ ਹੈ ਇਹ ਕੰਮ ਤੁਸੀਂ ਇਹ ਦੇਖਦੇ ਹੋ ਵੀ ਮੇਰੇ ਪਿੰਡ ਨੂੰ ਜੀ ਪਾਣੀ ਨਹੀਂ ਮਿਲਿਆ ਸਾਡੇ ਘਰਾਂ 'ਚ ਨਲਕਾ ਨਹੀਂ ਆਇਆ ਸਾਡੇ ਬੀਜ ਨਹੀਂ ਚੰਗਾ ਆਉਂਦਾ ਸਾਡੇ ਖਾਦ ਵੀ ਚੰਗੀ ਨਹੀਂ ਇੱਥੇ ਵੀ ਕੁਛ ਕਰੋ ਵੀ ਸਾਡੇ ਪਿੰਡ ਅਜੇ ਤੱਕ ਮੈਨੂੰ ਵੈਸੇ ਕਿਸੇ ਨੇ ਕਿਸੇ ਪਿੰਡ ਵਾਲਿਆਂ ਨੇ ਨਹੀਂ ਆਖਿਆ ਵੀ ਸਾਡੇ ਪਿੰਡ ਵੀ ਆ ਕੇ ਨਾਮ ਸੁਣਨੇ ਸ਼ੁਰੂ ਕਰਾ ਦਿੱਤੇ ਹੌਲੀ ਹੌਲੀ ਆਦਤ ਜਿਹੜੀ ਆਦਤ ਪੈ ਗਈ ਨਾ ਤੁਰਨ ਫਿਰਨ ਦੀ ਐਵੇਂ ਹੀ ਦਾੜੀਆਂ ਮੁੰਨੀਆਂ ਸ਼ਰਾਬਾਂ ਪੀਣੀਆਂ ਅਤੇ ਉਹ ਘਰ ਜਾ ਕੇ ਬਹਿ ਰਹਿਣਾ ਗੱਪਾਂ ਮਾਰੀ ਜਾਣੀਆਂ ਹੌਲੀ ਹੌਲੀ ਆਦਤ 'ਤੇ ਪਾਓ ਅਤੇ ਕੋਈ ਪਤਾ ਨਹੀਂ ਸਬਰਾਂ ਨੇ ਕਿਸ 'ਤੇ ਕਿਰਪਾ ਕਰਦੇ ਨੇ ਕਵੀ ਈਸ਼ਨ ਸਿੰਘ ਵਾਲੀ ਤੁਹਾਨੂੰ ਪਤਾ ਹੈ ਉਹ ਕਾਮਰੇ ਵਿਚਾਰਾਂ ਦੇ ਬੱਚੇ ਹੁਣ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਨੂੰ ਕਿਸ ਦਾ ਸਬਰਾਂ ਕਿਰਪਾ ਕਰ ਦਿੱਤੀ ਹੈ ਹੁਣ ਉਹ ਹਰ ਵੇਲੇ ਬੱਕਰੀਆਂ ਨੂੰ ਮਾਰਦੇ ਰਹਿੰਦੇ ਨੇ ਸਬੂਤ ਕਾਫੀ ਸਿੱਧੇ ਪਾਤਸ਼ਾਹ ਦੇ ਹੋਣਗੇ ਨਾ ਵੀ ਫੂਕੇ ਫੂਕਿਆਂ ਵਾਲੇ ਸਾਨੂੰ ਬੱਕਰੀਆਂ ਨੂੰ ਮਾਰਦੇ ਨੇ ਨਾਮ ਸੁਣਨ ਵਾਲੇ ਪਾਸੇ ਪਤਾ ਨਹੀਂ ਇੱਥੋਂ ਹਟਿਆ ਹੀ ਨਹੀਂ ਜਾਂਦਾ ਇਹ ਆਦਤ ਪੈ ਜਾਏ ਕਿ ਜਿਸ ਵੇਲੇ ਇਸ ਵੇਲੇ ਸੱਚੀ ਉੱਚੀ ਨਹੀਂ ਹਟਿਆ ਜਾਂਦਾ ਪਰ ਇੱਕ ਸ਼ਰਤ ਲਿਖ ਦਿੱਤੀ ਹੈ ਨਾ ਉਹਨਾਂ ਨੇ ਜੇ ਇਹ ਨਾ ਲਿਖੀ ਇਹ ਵੀ ਕੰਮ ਠੀਕ ਹੋ ਸਕਦਾ ਇਹਨਾਂ ਨੇ ਜਾ ਹੈ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਦੀਆ ਇਹ ਰਸ ਨਹੀਂ ਪਾਵਾ ਮੈਂ ਇਸ ਵੇਲੇ ਅੰਦਰੋਂ ਬਾਹਰੋਂ ਸਤਿਗੁਰ ਦਾ ਬਹੁਤ ਜ਼ੋਰ ਹੈ ਉਹਦਾ ਜ਼ੋਰ ਨਿਵਾਰਨ ਵਾਸਤੇ ਹਟਾਉਣ ਵਾਸਤੇ ਭਜਨ ਬਾਣੀ ਬਹੁਤ ਜ਼ਰੂਰੀ ਹੈ ਜਿਹੜਾ ਬਹੁਤ ਘੱਟ ਗਿਆ ਆਪਾਂ ਨੂੰ ਆਹਦੇ ਨਾਮਧਾਰੀ ਨੇ ਆਪਾਂ ਨਾਮ ਕਿੰਨਾ ਜਾਪਦੇ ਹਾਂ ਹਿਸਾਬ ਲਾ
ਗੁਰਬਾਣੀ ਸੁਣਦੇ ਹੋ ਆਸ਼ੀਰਵਾਦ ਜੋ ਵੀ ਕੁਛ ਸੁਣਦੇ ਹੋ ਨਾ ਉਹਦੇ 'ਚ ਭਜਨ ਕਰਨ ਵਾਸਤੇ ਬਾਣੀ ਪੜ੍ਹਨ ਵਾਸਤੇ ਸਤਿਗੁਰੂ ਨੂੰ ਮੰਨਣ ਵਾਸਤੇ ਸਾਰੇ ਬਾਣੀ ਵਿੱਚ ਲਿਖਿਆ ਸਤਿਗੁਰੂ ਦੇ ਸੰਤਾਂ ਵਾਸਤੇ ਤਾਂ ਸੁਣ ਹੀ ਲਿਆ ਵੀ ਕਿਸ ਤਰ੍ਹਾਂ ਦਾ ਲਿਖਿਆ ਉਹਨਾਂ ਨੇ ਮਹਾਂ ਆਨੰਦ ਪਾਇਆ ਸੁੱਖ ਪਾਇਆ ਸੰਤ ਸੰਗਤ ਦਾ ਬਾਣੀ ਪੜ੍ਹ ਕੇ ਭਜਨ ਕਰਕੇ ਅਤੇ ਪੈਸੇ ਵੀ ਕੋਲ ਹੋਣ ਕਾਰਾਂ ਹੋਣ ਸਾਰਾ ਕੁਛ ਹੋਵੇ ਤਾਂ ਆਦਮੀ ਦੁਖੀ ਸਿਰਦੇ ਅਤੇ ਫਿਰ ਉਹ ਸੰਤਾਂ ਦੇ ਪ੍ਰਸਾਦੇ ਵਾਲੀ ਗੱਲ 'ਤੇ ਮਹਾਂਆਨੰਦ ਕਿੱਥੇ ਰਹਿ ਗਿਆ ਸੋ ਸਗੜੇ ਹੋਵੋ ਇਸ ਵੇਲੇ ਈਰਖਾ ਵਕੀਲੀ ਦਾ ਬੜਾ ਤਕੜਾ ਯੁੱਗ ਹੈ ਉਹਦੇ ਵਿੱਚ ਬਗੈਰ ਸਤਿਗੁਰੂ ਦੀ ਸ਼ਰਨ ਤੋਂ ਬਗੈਰ ਨਾਮ ਜਪਣ ਤੋਂ ਬਗੈਰ ਸਗੜੋਂ ਦੇ ਹੁਕਮ ਅਨੁਸਾਰ ਨਾਮ ਜਪਣ ਤੋਂ ਕੋਈ ਚਾਰਾ ਨਹੀਂ ਬੜਾ ਕੁਛ ਕਰਕੇ ਵੀ ਕਿੱਥੇ ਜਾ ਕੇ ਹੋਣੀ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਜੇ ਕਿਸੇ ਰਾਜੇ ਕੋਲ ਜਾਵੇ ਨਾ ਆਦਮੀ ਡਾਕੂਆਂ ਨੂੰ ਡਰਦਾ ਤੇ ਰਾਜਾ ਉਹਨੂੰ ਲੁੱਟ ਲਵੇ ਅਖੀਰਲੀ ਤੁਖ 'ਚ ਭਾਈ ਗੁਰਦਾਸ ਜੀ ਨੇ ਲਿਖਿਆ ਕੋਈ ਸਾਧ ਸੰਗਤ ਦੇ ਵਿੱਚ ਜਾਵੇ ਅਤੇ ਉੱਥੇ ਜਾ ਕੇ ਮਾਇਆ ਵਿਆਪੇ ਉਹਨੂੰ ਤਾਂ ਫਿਰ ਉਹ ਕਿਹੜਾ ਥਾਂ ਜਾਵੇ ਇਸ ਵਾਸਤੇ ਤਗੜੇ ਹੋ ਕੇ ਉਦਮ ਕਰੋ ਇਹ ਸਾਰਾ ਕੰਮ ਜਿਹੜਾ ਨਾ ਇਹ ਹੱਥੀਂ ਕਰਨ ਦਾ ਨਹੀਂ ਸਰੀਰਕ ਅਵਸਥਾ ਦਾ ਇੰਨਾ ਨਹੀਂ ਜਿੰਨਾ ਇਹ ਮਨ ਦੀ ਅਵਸਥਾ ਦਾ ਮਨ ਨੂੰ ਤਗੜੇ ਹੋ ਕੇ ਸਾਧੋ ਸੁੱਖ ਲਵੋ ਆਹ ਜਾਨਵਰ ਜਿਹੜੇ ਨੇ ਨਾ ਇਹਨਾਂ ਕੋਲ ਕੋਈ ਘਰ ਨਹੀਂ ਕੋਠਾ ਨਹੀਂ ਅਤੇ ਚਹਿਲ ਪਹਿਲ ਕਰਦੇ ਫਿਰਦੇ ਨੇ ਡੰਗਰ ਭੁੜਕਦੇ ਫਿਰਦੇ ਨੇ ਖੁਸ਼ੀ ਨਾਲ ਅਤੇ ਬੰਦਾ ਸੋਗ 'ਚ ਬੈਠਾ ਜਿਹਦੇ ਵਾਸਤੇ ਬਾਣੀ 'ਚ ਲਿਖਿਆ ਸੋਗ ਅਗਨ ਮੈਂ ਮਨ ਨਾ ਵਿਆਪਾ ਸੋ ਉਹ ਉਹਨੂੰ ਦੂਰ ਕਰਨ ਵਾਸਤੇ ਸਗੁਰਾਂ ਦੇ ਹੁਕਮਾਂ ਦੇ ਅਨੁਸਾਰ ਨਾਮ ਜਪਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਸਗੁਰਾਂ ਬੜੀ ਕਿਰਪਾ ਕੀਤੀ ਹੈ ਸਾਨੂੰ ਇਹ ਮੌਕਾ ਮਿਲਦਾ ਇਹ ਚੰਗੀਆਂ ਗੱਲਾਂ ਕਰਨ ਦਾ ਅਤੇ ਨਾਮ ਸਿਮਰਨ ਦੀ ਕਮਾਈ ਕਰਨ ਦਾ ਅਤੇ ਕੁਝ ਪਿੰਡਾਂ ਵਿੱਚ ਜਿਸ ਤਰ੍ਹਾਂ ਭੈਣੀ ਸਾਹਿਬ ਜਪ ਪ੍ਰਯੋਗ ਸ਼ੁਰੂ ਕੀਤਾ ਹੈ 8 ਘੰਟੇ ਦਾ ਇਸ ਤਰ੍ਹਾਂ ਕੁਝ ਪਿੰਡਾਂ ਵਿੱਚ ਸਾਹ ਸੁਣਨ ਦੀ ਕਿਰਪਾ ਕੀਤੀ ਹੈ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ ਅਤੇ
ਹੋਰ ਵੀ ਜਿਹੜੇ ਜਿਹੜੇ ਪਿੰਡਾਂ ਤੋਂ ਆਏ ਨੇ ਉਹ ਆਪਣੇ ਆਪ ਆਸਰਾ ਕਰੋ, ਕੋਸ਼ਿਸ਼ ਕਰੋ ਵੀ ਤੁਹਾਡੇ ਪਿੰਡ ਵਿੱਚ ਘੱਟ ਤੋਂ ਘੱਟ ਪੰਜ ਅਤੇ ਉਸ ਤੋਂ ਬਾਅਦ ਜਿੰਨੇ ਅਸੀਂ ਰੱਖੋ ਉਹ ਪੰਜ ਘੰਟੇ ਪੰਜ ਸਿੰਘ ਜਿਹੜੇ ਨੇ ਉਹ ਅੱਠ ਘੰਟੇ ਨਾਮ ਸਿੰਘ ਨੂੰ ਜ਼ਰੂਰ ਕਰਨ ਅਤੇ ਉਹਦੇ ਨਾਲ ਜਿਹੜਾ ਬਾਹਰਲੀ ਸਾਧਨਾ ਹੈ ਇਸ਼ਨਾਨ ਕਰਨਾ, ਗੰਗਾ ਜਾ ਕੇ ਹੱਥ ਮੰਗਣੇ, ਜੜ ਵਰਤਣ ਵੇਲੇ ਜੜ ਪਿਸ਼ਾਬ ਕਰਨ ਵੇਲੇ ਜੜ ਵਰਤਣਾ, ਇਹ ਸਾਰੀਆਂ ਚੀਜ਼ਾਂ ਨਾਲ ਨਾਲ ਰੱਖੋ, ਕਾਇਰੇ ਦੇ ਮੁਤਾਬਕ ਕੰਮ ਹੋਏ ਬੜਾ ਠੀਕ ਹੋ ਜਾਂਦਾ। ਡੱਬ ਵਾਲੀ 10 ਸਰੀਰ, ਫਾਜ਼ਿਲਕਾ 22 ਸਰੀਰ, ਸੰਤ ਨਗਰ 12 ਸਰੀਰ, ਬੀਬੀਆਂ ਕਰੀਬ 30, ਦਮਦਮੇ 14 ਸਰੀਰ, ਸੰਤੋਖਪੁਰੇ 7 ਸਰੀਰ, ਕਰੀਵਾਲਾ 7 ਸਰੀਰ, ਫਤਿਹਾਬਾਦ 15 ਸਰੀਰ, ਹਿਸਾਰ 14, ਕੰਗਣਪੁਰ 16, ਇਲਨਾਬਾਦ 17। ਇਲਨਾਬਾਦ ਵਾਲੇ ਜਿਹੜੇ ਨਾ ਉਹ ਕਈਆਂ ਨੂੰ ਦਾੜੀ ਆਈ, ਕਈ ਨੂੰ ਨਹੀਂ ਆਈ, ਉਹਦੇ ਕੁਛ ਫੁੱਟ ਦੇ ਮੁੰਡੇ ਆਪਣੇ ਆਪ ਦਵਾ ਦਵਾ ਉਹਨਾਂ ਨਾਲ ਖਾਏ ਨੇ ਆਪ। ਅਤੇ ਕਈ ਦਿਨਾਂ ਬਾਅਦ ਉਹ ਜਿੱਥੇ ਦਇਆ ਸਿੰਘ ਨੇ ਦਾ ਉਹ ਸੇਡ ਦੇ ਉੱਤੇ ਦੀਵਾਨ ਸੀ, ਉੱਥੇ ਗਿਆ ਮੈਂ, ਉੱਥੇ ਉਹ ਆਏ ਬੜੇ ਸੋਹਣੇ ਲੱਗਣ, ਰਿਖੀਆਂ ਵਾਂਗੂ ਤੇਜ਼ ਸ਼ਾਨ ਸਤੇਜ਼ ਸਾਰੇ ਇਸ਼ਨਾਨ ਕੀਤੇ, ਮਾਲਾ ਅਤੇ ਆਸਣ ਗੜਵੇ ਪੂਏ ਉਹਨਾਂ ਦੇ ਕੋਲ, ਇਹ ਸੋਹਣੇ ਲੱਗਦੇ ਨੇ ਸਾਡੇ। ਤਗੜੇ ਹੋ ਕੇ ਉਦਮ ਕਰੋ ਇਸ ਪਾਸੇ, ਈਰਖਾ ਦੀ ਅੱਗਾਂ ਤੋਂ ਬਚੋ ਤਗੜੇ ਹੋ ਕੇ। ਛੋਟੇ ਛੋਟੇ ਪਿੰਡਾਂ ਵਾਲੇ ਇੱਥੇ ਵੀ ਆਖਿਆ ਸੀ, ਕਿਰਪਾ ਕਰਨੀ ਇੱਥੇ ਆਪਣਾ ਨਾਮ ਸਿਮਰਨ ਕਰਨਾ, ਅਤੇ ਜਿੰਨਾ ਚਿਰ ਕੋਈ ਤੁਹਾਡੀ ਧਰਮਸ਼ਾਲਾ ਵਗੈਰਾ ਨਹੀਂ ਬਣਦੀ ਉਹਨਾਂ ਚਿਰ ਆਪਣੇ ਆਪਣੇ ਵਾਰੀ ਵਾਰੀ ਘਰਾਂ 'ਚ ਕਰਾਇਆ ਕਰੋ, ਨਾਲੇ ਉਹ ਮਾੜੀ ਚੀਜ਼ ਘਰ 'ਚੋਂ ਨਿਕਲ ਜਾਂਦੀ ਹੈ ਪਿੰਡ ਬਾਣੀ ਹੋਵੇ। ਹੋਰ ਇੱਥੋਂ ਵਾਲੇ ਜਿਹੜੇ ਸੋਧੀ ਸਿੰਘ ਨੇ ਉਹ ਕਿਰਪਾ ਕਰਨੇ, ਇਹਨਾਂ ਨੂੰ ਜਾਚ ਦੱਸਣ ਕਿਵੇਂ ਹੱਥ ਮਾਂਜਣੇ ਨੇ, ਕਿਵੇਂ ਇਸ਼ਨਾਨ ਕਰਨਾ, ਕਿਵੇਂ ਭਜਨ ਕਰਨਾ, ਬਹਿ ਕੇ ਮਾਲਾ ਕਿਵੇਂ ਫੜਨੀ ਫੇਰਨੀ, ਉਹ ਇਹਨਾਂ ਨੂੰ ਦੱਸਣਾ। ਇਹ ਭੁੱਲ ਹੀ ਗਈ ਹੈ ਸਾਨੂੰ, ਉਹਨਾਂ ਨੇ ਭੰਗੀ ਨੂੰ ਇਲਾਜ ਮਿਲ ਗਿਆ ਸੀ, ਉਹਨੇ ਆਪਣੀ ਝਾੜੂ ਟੋਕਰੀ ਦੀ ਨਿਸ਼ਾਨ ਰੱਖੀ, ਨਿਸ਼ਾਨੀ ਰੱਖੀ ਸੀ ਆਪਣੇ ਕੋਲ, ਸਾਡੇ ਕੋਲ ਚੰਗੀ ਨਿਸ਼ਾਨੀ ਮਾਲਾ ਹੀ ਨਹੀਂ ਰਹਿ ਗਈ। ਇਹਦੇ ਵਾਸਤੇ ਉਦਮ ਕਰੋ ਅਤੇ ਹੋਰ ਵੀ ਜਿਹੜੇ ਨਾਲ ਰਹਿਣ ਤੁਹਾਡੇ ਉਹਨਾਂ ਨੂੰ ਲੜਾਓ, ਇਹੋ ਹੀ ਚੀਜ਼ ਹੈ ਜਿਹੜੀ ਸੰਸਾਰ ਤੋਂ ਲੈ ਕੇ ਜਾਣੀ ਹੈ। ਨਾਨਕ ਕਮਾਣਾ ਸੰਗ ਜੁਲਿਆ ਮੈਂ ਜਾਇ ਕਿਰਤ ਮਿਟਾਇਆ। ਪਿਆਰੇ ਸਾਹਿਤਕਾਰ ਕਿਰਤ ਦੱਸਿਓ, ਤੁਸਾਂ ਹੁਣੇ ਬਹੁਤ ਕੁਛ ਸੁਣਿਆ ਹੈ, ਸਮਝਿਆ ਅਤੇ ਕਈਆਂ ਨੇ ਇਹਨੂੰ ਯਾਦ ਕਰ ਲੈਣਾ। ਮੈਨੂੰ ਆਖਣ ਵਾਸਤੇ ਕੁਝ ਆਖਿਆ ਜਿਨ੍ਹਾਂ ਬਾਰੇ, ਇਹ ਤਾਂ ਗੱਲ ਭਾਬੀ ਸੀ ਜੇ ਮੈਂ ਸਾਹਿਤਕਾਰ ਹੁੰਦਾ ਜਾਂ ਮੈਨੂੰ ਕੋਈ ਲਿਖਣਾ ਆਉਂਦਾ ਹੁੰਦਾ ਫਿਰ ਤਾਂ ਗੱਲ ਵਧੀਆ ਬਣਦੀ ਸੀ, ਪਰ ਮੈਨੂੰ ਗੱਲ ਯਾਦ ਆਈ ਹੈ, ਬਾਬਾ ਸੋਹਣ ਸਿੰਘ ਭਗਨਾ ਜਿਹੜੇ ਸਨ ਉਹ ਸਾਗਰ ਮਹਾਵਿਆ ਤੋਂ ਵਰਤ ਆਏ ਸਨ, ਨਾਮ ਪਿਆਰੀ ਬਹੁਤ ਚੁੱਟ ਰਹੇ ਨੇ, ਖੋਲ ਰੱਖੀ ਹੈ, ਗਾਗਰਾਂ ਨਾਲ ਪਾਣੀ ਭਰਦੇ ਰਹੇ ਨੇ। ਉਹਨਾਂ ਨੂੰ ਆਖਰੀ ਦਿਨਾਂ ਮਿਲਣ ਵਾਸਤੇ ਗਿਆ, ਮੇਰੇ ਕੋਲ 1.5 ਘੰਟੇ ਦੀ ਉਹਨਾਂ ਦੇ ਟੇਪ ਰਿਕਾਰਡ ਕੀ ਜਿਹੜੇ ਉਹਨਾਂ ਨੇ ਸ਼ਬਦ ਨੇ, ਅਤੇ ਉਹ ਕਹਿਣ ਲੱਗੇ ਕਿ ਮੈਂ ਇੱਥੇ ਬੈਠਾ ਹੋਇਆ ਅਤੇ ਮੈਂ ਜਿਹੜੇ ਗਰੀਬ ਆਦਮੀ ਨੇ ਮੈਂ ਉਹਨਾਂ ਵਾਸਤੇ ਕੁਛ ਕਰ ਨਹੀਂ ਸਕਦਾ, ਪਰ ਮੈਂ ਉਹਨਾਂ ਨੂੰ ਸਿੱਟੀਆਂ ਡੋਂਗਦਿਆਂ ਨੂੰ ਸੜਕ ਦੇ ਸਿੱਟੇ ਚੁੱਕਦਿਆਂ ਨੂੰ ਵੇਖ ਕੇ ਔਖਾ ਤਾਂ ਹੋ ਲੈਂਦਾ, ਮੈਂ ਸਿਰਫ ਇਹ ਸਮਝਦਾ ਕਿ ਮੈਂ ਸਾਹਿਤਕਾਰਾਂ ਨੂੰ ਵੇਖ ਕੇ ਖੁਸ਼ ਹੋ ਲੈਂਦਾ, ਕਦੇ ਉਹਨਾਂ ਨਾਲ ਬੈਠ ਕੇ ਕੋਈ ਥੋੜ੍ਹਾ ਜਿਹਾ ਵਕਤ ਕਰ ਲੈਂਦਾ। ਅਤੇ ਕਰਮ ਸਿੰਘ ਉਹਨਾਂ ਦੇ ਅੱਖਰ ਅਸੀਂ ਬੜੇ ਛੋਟਿਆਂ ਹੁੰਦਿਆਂ ਤੋਂ ਜਦੋਂ ਅਸੀਂ ਭੈਣੀ ਸਾਹਿਬ ਹੁੰਦੇ ਸਾਂ ਅਤੇ ਅਸੀਂ ਕੰਪੋਜ਼ ਕਰਦੇ ਹੁੰਦੇ ਸਾਂ ਪ੍ਰੈਸ ਵਾਸਤੇ ਯੁਗ ਵਾਸਤੇ, ਅਤੇ ਜਦੋਂ ਉਹਨਾਂ ਦਾ ਉਲੇਖ ਆ ਜਾਂਦਾ ਸੀ ਅਤੇ ਕਈ ਮੁੰਡਿਆਂ ਦੇ ਸਨ ਇਹਨੂੰ ਪੜ੍ਹਾ ਰੱਖਦੇ ਪੜ੍ਹਿਆ ਨਹੀਂ ਜਾਂਦਾ, ਅਤੇ ਉਦੋਂ ਤੋਂ ਪੜ੍ਹਦੇ ਸਨ ਉਹਨਾਂ ਦੇ ਅੱਖਰਾਂ ਦਾ ਲਿਖਣ ਦਾ ਢੰਗ ਇਸ ਤਰ੍ਹਾਂ ਦਾ ਉਹ ਬੜਾ ਮੁਸ਼ਕਿਲ ਹੈ ਪੜ੍ਹਨਾ। ਸਾਧੂ ਸਿੰਘ ਹੋਰਾਂ ਨੇ, ਬਲੀ ਸਿੰਘ ਹੋਰਾਂ ਨੇ ਬਹੁਤ ਕੰਮ ਕੀਤਾ ਇਸ ਬਾਰੇ, ਜਿਹੜਾ ਸਾਨੂੰ ਸਾਰੇ ਬਾਕੀ ਸਾਰਿਆਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਦੇ ਘਰਦਿਆਂ ਦੇ ਬੋਝ ਪਿਆ ਇਸ ਗੱਲ ਦਾ। ਕੁਛ ਲਿਖਤ ਉਹਨਾਂ ਦੀ ਗੁਰਮੁਖ ਸਿੰਘ ਤੋਂ ਮਿਲੀ ਛੋਟੇ ਲੜਕੇ ਤੋਂ, ਅਤੇ ਉਹ ਜੇ ਸਾਡੀ ਮਦਦ ਨਾਲ ਕਰਦਾ ਸਾਨੂੰ ਬੜੇ ਮੁਸ਼ਕਿਲ ਹੋਣਾ ਸੀ ਪੜ੍ਹਨਾ, ਉਹ ਸਾਡੇ ਨਾਲ ਬੈ ਕੇ ਪੜ੍ਹਦਾ ਰਿਹਾ, ਪਤਾ ਨਹੀਂ ਕਿੰਨੇ ਕਿੰਨੇ ਘੰਟੇ ਪੜ੍ਹਦੇ ਰਿਹਾ ਉਹਦੇ ਬੈਠ ਕੇ, ਬਹੁਤ ਸਾਰੇ ਆਦਮੀ ਲਾਏ ਨੇ ਇੱਕ ਇੱਕ ਅੱਖਰ ਕਰਕੇ
ਉਹਨੂੰ ਪੜ੍ਹ ਕੇ ਅਸੀਂ ਫਿਰ ਲਿਖਿਆ ਕੋਸ਼ਿਸ਼ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਉਹ ਸਾਹਿਬ ਤੁਹਾਡੇ ਸਾਹਮਣੇ ਆ ਜਾਏ ਸੋ ਮੈਂ ਸਿਰਫ ਇੰਨੀ ਗੱਲ ਕਰਨੀ ਸੀ ਭਈ ਸਾਹਿਤਕਾਰਾਂ ਨੂੰ ਇੱਕ ਬੰਦੇ ਉਹਨੇ ਜਿਹੜੇ ਇਤਿਹਾਸ ਦੀ ਸਿਰਜਣਾ ਕਰਦੇ ਨੇ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਇੱਕ ਉਹ ਨੇ ਜਿਹੜੇ ਉਸ ਚੀਜ਼ ਨੂੰ ਲਿਖਦੇ ਨੇ ਮੈਨੂੰ ਉਹਨਾਂ 'ਤੇ ਬਹੁਤ ਮਾਣ ਹੈ ਜਿਹੜੇ ਹੁਣ ਸਾਡੇ ਨੌਜਵਾਨ ਜਸਵਿੰਦਰ ਸਿੰਘ ਹੋਰੀ ਨੇ ਸਵਰਨ ਸਿੰਘ ਵਿਰਕ ਹੈ ਹੋਰ ਵੀ ਜਿਹੜੇ ਨੌਜਵਾਨ ਪੀੜ੍ਹੀ ਤੋਂ ਲਿਖਦੇ ਪੜ੍ਹਦੇ ਨੇ ਸਮਝਦੇ ਨੇ ਸਾਰੀ ਗੱਲ ਨੂੰ ਸਾਨੂੰ ਉਹਨਾਂ 'ਤੇ ਬਹੁਤ ਮਾਣ ਹੈ ਪਰ ਇੱਕ ਮੇਰਾ ਜੀ ਕਰਦਾ ਵੀ ਕੋਈ ਐਸਾ ਵਕਤ ਹੋਇਆ ਕਰੇ ਜਿਸ ਵੇਲੇ ਅਸੀਂ ਸਾਰੇ ਇਕੱਠੇ ਹੋ ਜਾ ਕਰੀਏ ਕਿਸੇ ਥਾਂ ਦੇ ਉੱਤੇ ਅਤੇ ਕੋਈ ਅਗਲੀ ਗੱਲ ਚੰਗੀ ਕਰਨੀ ਹੋਵੇ ਇਤਿਹਾਸ ਬਾਰੇ ਉਹਨੂੰ ਕਰ ਲਿਆ ਜਾਇਆ ਕਰੇ ਮੈਂ ਉਹਦੇ ਵਿੱਚ ਵੀ ਇਹ ਸਮਝਦਾ ਵੀ ਭਾਵੇਂ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ ਮੈਨੂੰ ਇਸ ਗੱਲ ਦਾ ਸ਼ੌਕ ਹੈ ਵੀ ਉਹ ਲਿਖਿਆ ਜਾਵੇ ਅਤੇ ਸਾਡੇ ਪਿੱਛੋਂ ਉਸਦਾ ਕੋਈ ਲੋਕ ਫਾਇਦਾ ਉਠਾ ਸਕਣ ਜਿਸ ਤਰ੍ਹਾਂ ਦਾ ਸੰਤ ਕਰਮ ਸਿੰਘ ਉਹਨਾਂ ਨੇ ਬੀਟ ਪੱਥਰ ਕੱਢਿਆ ਉਹਨਾਂ ਨੇ ਉਸ ਰੰਗ ਦੇ ਵਿੱਚ ਭਿੱਜ ਕੇ ਲਿਖਿਆ ਹੁਣ ਦੇ ਲੇਖਕ ਉਸ ਤੋਂ ਜੇ ਕੋਈ ਇਹ ਚਾਨਣ ਲੈ ਸਕਣ ਜਿਹੜਾ ਰੰਗ ਹੋਵੇ ਰੰਗ ਦੇ ਵਿੱਚ ਭਿੱਜ ਕੇ ਲਿਖਿਆ ਹੋਵੇ ਉਹਦਾ ਬੜਾ ਫਰਕ ਪੈ ਜਾਂਦਾ ਦੂਜੀ ਚੀਜ਼ ਨੂੰ ਸੋ ਇਹਦੇ ਵਾਸਤੇ ਵੀ ਜਿਸ ਤਰ੍ਹਾਂ ਦੀ ਗੋਸ਼ਟੀਆਂ ਹੋਣ ਇਕੱਠੇ ਹੋ ਸਕੀਏ ਅਤੇ ਸੰਤ ਕਰਮ ਸਿੰਘ ਉਹਨਾਂ ਨੇ ਮੇਰਾ ਗੱਲ ਕਈ ਸੀ ਲਿਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਸੀ ਕਿ ਵੇਖੀ ਕਿਸੇ ਪੱਖਪਾਤ ਵਜਣਾ ਪੈ ਨਹੀਂ ਅਤੇ ਝੂਠ ਨਾ ਲਿਖੀ ਸੋ ਮੈਨੂੰ ਬਹੁਤ ਖੁਸ਼ੀ ਹੈ ਅੱਜ ਅਤੇ ਇਹ ਬੂਟਾ ਜਿਹੜਾ ਥੋੜ੍ਹੇ ਚਿਰ ਤੋਂ ਲਾਇਆ ਸੀ ਪਹਿਲਾਂ ਉਹ ਕੁਛ ਸਾਲ ਪਿੰਡ ਮਨਾਉਂਦੇ ਰਹੇ ਨੇ ਸਤਿਗੁਰੂ ਸਿੰਘ ਹੋਰੀ ਫਿਰ ਉਹਨਾਂ ਨੇ ਸਕੂਲ 'ਚ ਬਣਾਇਆ ਉਹਨਾਂ ਨੇ ਇੱਥੇ ਬਣਾਇਆ ਇਹਨੂੰ ਅਗਾਹ ਨਾ ਲੈ ਜਾਣ ਕਰੇ ਸਾਡੇ ਕੋਲ ਰਹਿਣ ਦੇਣ ਕਰੇ ਪੰਜਾਬ 'ਚ ਇੱਥੇ ਚਲੇ ਗਏ ਤਾਂ ਪੰਜਾਬ 'ਚ ਪਤਾ ਨਹੀਂ ਇਹਦਾ ਕੀ ਹਾਲ ਹੋਵੇ ਜਿਸ ਤਰ੍ਹਾਂ ਪੰਜਾਬ ਦੇ ਅਸਲੇ ਵਾਤਾਵਰਨ ਹੈਗਾ ਸੋ ਇੱਥੇ ਜੀ ਕਰਦਾ ਵੀ ਇਹ ਸਤਿਗੁਰਾਂ ਦੀ ਇਸ ਜਗ੍ਹਾ 'ਤੇ ਉੱਥੇ ਬੜੀ ਕਿਰਪਾ ਹੋਈ ਹੈ ਸੱਤ ਸਾਲ ਮੀਂਹ ਨਹੀਂ ਸੀ ਪੈਂਦਾ ਪਾਣੀ ਨਹੀਂ ਸੀ ਆਉਂਦਾ ਜਿਹੜੇ ਪੁਰਾਣੇ ਬੰਦੇ ਦੱਸਦੇ ਸਨ ਸੱਤ ਸਾਲ ਦਾ ਅਨਾਜ ਜਮ੍ਹਾਂ ਕਰਕੇ ਬਹਿ ਜਾਂਦੇ ਸਨ ਸੋ ਸਤਿਗੁਰਾਂ ਕਿਰਪਾ ਕੀਤੀ ਇੱਥੇ ਮੀਂਹ ਅਤੇ ਪਾਣੀ ਸਾਰਾ ਕੁਛ ਬਖਸ਼ਿਸ਼ ਕਰ ਦਿੱਤੀ ਹੈ ਹੁਣ ਜਿਹੜੇ ਬੰਦੇ ਜਿਨ੍ਹਾਂ ਨੇ ਆਹ ਸੜਕਾਂ ਬਣਾਈਆਂ ਨੇ ਨਾ ਉਹਨਾਂ ਬਾਰੇ ਜਿਹੜੇ ਸੜਕਾਂ ਦੇ ਉੱਤੇ ਚੱਲਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਲੁੱਕ ਤਰਕੀ ਕੀਤੀ ਕਿਸ ਤਰ੍ਹਾਂ ਪੱਥਰ ਪਾਇਆ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਕਰ ਲਈਆਂ ਪਰ ਜਿਨ੍ਹਾਂ ਨੇ ਸੜਕਾਂ ਬਣਾਈਆਂ ਨੇ ਉਹਨਾਂ ਨੂੰ ਬੜੀ ਖੁਸ਼ੀ ਹੈ ਜਾਂਦੀ ਕਿ ਸਾਡੀ ਸੜਕ ਦੇ ਬਣਾ ਬਣੀਆਂ ਤੋਂ ਲੋਕ ਸੁੱਖ ਲੈ ਰਹੇ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਬਣ ਜਾਣਾ ਤੁਸੀਂ ਨਿਕਲਿਆ ਅਨੇਕਾਂ ਜਿਹੜੀਆਂ ਉਹਨਾਂ ਨੇ ਕਿਰਪਾ ਨੇ ਉਹ ਅਸੀਂ ਉਹਨਾਂ ਨੂੰ ਦੇ ਨਹੀਂ ਸਕਦੇ ਦੇਣਾ ਤੁਸੀਂ ਪਰ ਜੇ ਅਸੀਂ ਯਾਦ ਕਰਦੇ ਰਹੀਏ ਤਾਂ ਕੁਛ ਨਾ ਕੁਛ ਸਾਡਾ ਫਾਇਦਾ ਹੋ ਸਕਦਾ ਮੈਂ ਇਹ ਇਸ ਕਰਕੇ ਆਪ ਤੋਂ ਅੱਗੇ ਲਾਉਂਗਾ ਮੇਰਾ ਜੀ ਕਰਦਾ ਸਾਨੂੰ ਕਿਰਪਾ ਕਰਨ ਸਾਡੇ ਕੋਲ ਸਾਰੇ ਪਿੰਡਾਂ ਵਿੱਚ ਧਰਮ ਸਥਾਨ ਵਧੀਆ ਬਣੇ ਹੋਣ ਪਰ ਲੜਨ ਵਾਸਤੇ ਭਜਨ ਬਾਣੀ ਕਰਨ ਵਾਸਤੇ ਉਹ ਸਾਰੇ ਥਾਂ ਬਣੇ ਹੋਣ ਹਰ ਪਿੰਡ ਵਿੱਚ ਆਖਰੀ ਵਾਰ ਇੱਕ ਘੰਟੇ ਦਾ ਨਾਮ ਤੇ ਹੁਣ ਇਕੱਠੇ ਹੋ ਗਏ ਕਰਨ ਦਾ ਜਿਹੜਾ ਪ੍ਰਬੰਧ ਇਹ ਪੂਰਾ ਹੋਵੇ ਅਤੇ ਉਸ ਸਮੇਂ ਵਿੱਚ ਕੋਈ ਵੀ ਬਾਹਰ ਨਹੀਂ ਹੋਵੇ ਜਿੰਨਾ ਚਿਰ ਸਾਡੇ ਭਜਨ ਬਾਣੀ ਦੀ ਥੋੜ੍ਹੀ ਜਿਹੀ ਕਮਜ਼ੋਰੀ ਹੈ ਨਾ ਉਹਨਾਂ ਚਿਰ ਇੱਕ ਇੱਕ ਜੀ ਘਰ 'ਚ ਰਹਿ ਗਏ ਚੋਰੀ ਨਾ ਕਰੇ ਜਿਵੇਂ ਪੂਰਾ ਬਾਹਰ ਸਾਨੂੰ ਸਭ ਦੇ ਦੇਣ ਅਤੇ ਫਿਰ ਚੋਰੀ ਕਰਦਾ ਹੀ ਕੋਈ ਸਾਰੂ ਸਿੰਘ ਦੇ ਬੋਲ ਬੈਠਾ ਜੀ ਕਿ ਅਮਰੀਕ ਸਿੰਘ ਨੇ ਇੱਥੇ ਚੋਰੀ ਕਰਨ ਦੀ ਗੱਲ ਦੂਸਰੀ ਹੈ ਸਾਨੂੰ ਗੁਲਾਬ ਸਿੰਘ ਵੀ ਹੁੰਦੇ ਸਨ ਵਰਨਾ ਦੇ ਸਨ ਅਤੇ ਆਹ ਰਤਨ ਸਿੰਘ ਬਕੀਰ ਸਿੰਘ ਦੇ ਪਿਤਾ ਉਹਨਾਂ ਦੇ ਭਾਂਡਿਆਂ ਨੂੰ ਕਾਂ ਕੁੱਤੇ ਮੂੰਹ ਨਹੀਂ ਸਨ ਲਾਉਂਦੇ ਹੋਰ ਭਾਂਡਿਆਂ ਨੂੰ ਲਾਈ ਜਾਣ ਉਹਨਾਂ ਨੂੰ ਨਹੀਂ ਲਾਉਂਦੇ ਇਹ ਥੋੜ੍ਹੇ ਤਰਕਵਾਦੀ ਵੀ ਹੈਗੇ ਨੇ ਅਸੀਂ ਜਾ ਕੇ ਵੇਖੀ ਅਸੀਂ ਆਹ ਸਾਰੇ ਜਿਹੜੇ ਵਿਖਰੇ ਅਤੇ ਜਿਸ ਤਰ੍ਹਾਂ ਦੱਸਿਆ ਸੀ ਉਸ ਤਰ੍ਹਾਂ ਹੀ ਹੋਇਆ ਚੋਰੀ ਕਿਸ ਤਰ੍ਹਾਂ ਕਰੇਗਾ ਕੋਈ ਆਦਮੀ ਨੂੰ ਕਾਂ ਕੁੱਤੇ ਮੂੰਹ ਨਹੀਂ ਲਾਉਂਦੇ ਭਜਨ ਬਾਣੀ ਕਰਨ ਵਾਲੇ ਪਰ ਉਹਨੂੰ ਬਿਨਾਂ ਜਿੰਨਾ ਚਿਰ ਅਸੀਂ ਪਹਿਲੀ ਵਜਨ ਸੁਣਿਆ ਤਾਂ ਸਾਨੂੰ ਇੱਕ ਜੀ ਘਰ ਵਿੱਚ ਹੋਵੇ ਅਤੇ ਬਾਕੀ ਸਾਰੇ ਇਕੱਠੇ ਹੋ ਕੇ ਇੱਕ ਘੰਟਾ ਨਾਮ ਸਿਮਰਨ ਕਰਾਇਆ ਕਰ ਅਤੇ ਸਵੇਰੇ ਆਖਰੀ ਵਾਰ ਲਾਇਆ ਕਰ ਅਤੇ ਸੁਣਿਆ ਕਰ
जो पाकिस्तान बनया उदों अच्छा मेरे पीछे आवाज सुनती मेरे इतने जसाफा है तो बह जाओ खलोवो ना। पाकिस्तान जो बनया सी ना तो उदों इतने साध संगत आई है तो सारे पिंड भजन बाणी हुंदा सी ते कोई माड़ी जी बुरी घटना घटती सी तो सारिआं नूं फिकर ते चिंता हो जांदी सी। आ गुरबख सिंह बैठा इत्थे विसरी संत नगर वाला इन्हां दी मज चोरी हो गई सारे पिंडां विच तसल्ली मच गई मज चोरी क्यों हो गई है। तो वह बिरती बहुत चंगी है जो सगुरू कृपा करे साडे विच फिर आवे पर किसी होर डर तो बिना आवे सगुरू के दर्शनां दे चाव विच आवे ये ना हो तो बंब पेंदे हो सू डंडा सुलता हो फिर असं डरते ये काम करिए है माड़ी गल वह भी नहीं काम पर हर सिमरिया वाली पर यह चंगी है कि पहले ही किया जाए तो सू उस तरह का काम हो गया ही ना साढ़े नाल। इतने चिट्ठी रखी है साधु सिंह ठेकेदार ने एक तो उन्हें आख्या भाई जो वर्क ने ना इन वास्ते जरूर दस देना चाहिए भी इन्हें की औगण वर्क चांदी सोने ने जोड़े बनते हैं उन्हां नूं दोई पास चमड़ा रख के तो विच कुटिया जांदा वो साढ़े खाने वाले नहीं कोई हकीम दसे भी फिर तो परहेज करो। कैप्सूल जड़े ने उहदे च जेलाटीन नां दी एक चीज़ पैंदी है जिहड़ी मास तो या इहो जिही चीज़ तो बनती जिहड़ी साढ़े वर्तन वाले नहीं डॉक्टर आखो ये सब गोलियां दे दे ये सब कोई होर चीज़ दे दे जे कोई तुहानू बहुत औख बन जाए तो उहदे विचों दवाई कढ के खा लो उहनू ना खाओ पर जतन करो कि वह उन्होंने हाथ भी ना लाया जाए उसकी थान कोई दूसरी दवाई वरत ली जाए। साधु संगत ने बड़ी कृपा की है जेडे अज सभा विछाइया की साड़ी सेवा प्रवान कर ली है जो किसी की सेवा की जाए ना वो तो धनवाद नहीं करवाना चाहिए धनवाद वह करना चाहिए जिन्हें सेवा कबूल कर ली। अगह तो कोशिश करा एक सरू सिंह ने यह भी लिखा है भाई तू इत बड़ा थोड़ा आना तो सू छेती छेती आ के बहुत देर मिलया कर तेरे आने का की कुछ लिखा भी होंगे सो मैं यत्न करा कि मैं इतने बहुत आव ती मैं साथ दो इस गल का नौजवान मुंडे चाहिए जो सेवा करने वाले होने से मुंडे घर चले जाते हैं कोई नौकरी कर देता है कोई कुछ करता है कोई एवं ही तुरे फिरते हैं उन्होंने बिना साढ़ा घर का सरदा एक तो नौजवान मुंडे चाहिए ने 15-20 होने जो सेवा करने वाले साढ़े को दूसरा जे पिंड तो सिंह आते ने वो जो इतने आना होनू सगुरू प्रताप सिंह सच्चे पातशाह का पवित्र स्थान समझ के आन मन के विचार ठीक करके आन शान पानी करके भजन पानी करते आन जिन्ना चेर इतने रहन कोशिश करो कि उन्ना चेर रसना टक टक चलती रहे चाहिए तो हमेशा ही है दिन राति आरा दो प्यारो एक निमख का कीजा टीला पर उन्ना चेर जिन्ना चेर याद रहे सानू एक तकड़े होके जेड़े चीज़ा सानू दिसदियां नहीं ना वो साढ़े ते बड़ा असर पाई जांदियां ने कोई हाथ पैर भी नहीं उन्होंने चीज़ों लगे ईरखा द्वैश वकीली निंदिया चुगली इहदी भरमार है इस वेले ये कोशिश करो भाई ये कोई बचन सतगुरु राम सिंह सच्चे पातशाह का जो रहतनामा है ना वो पढ़िया करो गुटके विच बोल कबोल सह जाना सब का इतना चेता नहीं पाए 1965-66 की गल होगी मैं कदम जापान गया उत्थे एक टैक्सी विच बहन का मौका मिलया वो साड़ी टैक्सी ने दूसरी गड्डी नूं पास किया तो थले पानी सी और दूसरी च छिटे पै गए
ਸਾਡੀ ਗੱਡੀ ਵਾਲੇ ਨੇ ਖਿਲਾਰ ਕੇ ਨਾ, ਉਹ ਜਪਾਨੀ ਸਨ ਦੋਵੇਂ ਹੀ, ਅਤੇ ਉਹਦੀ ਗੱਡੀ ਸਾਫ਼ ਕੀਤੀ ਅਤੇ ਉਹਦੇ ਕੋਲ ਮਾਫ਼ੀ ਮੰਗੀ ਅਤੇ ਮੇਰੇ ਤੋਂ ਗਲਤੀ ਹੋਈ ਆ, ਪਰ ਸਾਡਾ ਰਜੀ ਕਹਿੰਦਾ ਜਾਣ ਕੇ ਛਿੱਟੇ ਪਾ ਕੇ ਲੰਘੀ ਹੈ ਕੋਲੋਂ ਦੀ। ਤੋ ਤਗੜੇ ਹੋ ਕੇ ਤੁਸੀਂ ਉਦਮ ਕਰੋ ਭਜਨ ਬਾਣੀ ਦਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਸਫਾ ਆਦਿ ਦੀ ਸੇਵਾ, ਖਾਸ ਕਰਕੇ ਆਨੰਦਾਂ ਵਾਲੇ ਦਿਨ ਜਾਂ ਪ੍ਰਸ਼ਾਦੇ ਪਾਣੀ 'ਚ ਜਿਹੜੀ ਤਰੁੱਟੀਆਂ ਨੇ ਉਹ ਦੂਰ ਹੋਣ। ਪਰ ਤਰੁੱਟੀ ਜਿਹੜੀ ਹੈ ਇਹ ਤਰੁੱਟੀ ਹੈ, ਰਹਿ ਹੀ ਜਾਂਦੀ ਕਈ ਵਾਰ। ਤੁਸੀਂ ਆ ਕੇ ਦੱਸ ਦਿਆ ਕਰੋ ਵੀ ਆਹ ਗੱਲ ਇੱਥੇ ਕਰਨ ਵਾਲੀ ਹੈ, ਅਸੀਂ ਤੁਹਾਡਾ ਸਵਾਗਤ ਕਰਾਂਗੇ ਇਸ ਗੱਲ ਦਾ। ਵੀ ਜਿਹੜੀ ਗੱਲ ਉਹ